ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਸੁਖ ਨਾ ਏ ਜੁਗ ਕਰੈ ਜੋ ਬਹੁਤੇ ਮੀਤ, ਜੋ ਚਿਤ ਰਾਖੈ ਇਕ ਸਿਉ ਤੇ ਸੁਖ ਪਾਵੈ ਨੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਰਹਾ ਦੁਚਿੱਤੇ ਕੀ ਦੁਇ ਥੂਣ ਗਰਾਨੀ, ਮੋਹ ਬਲਿੰਡਾ ਟੂਟਾ ਤਿਸ਼ਨਾ ਸ਼ਾਨ ਪਰੀ ਧਰੀ ਉਪਰ, ਦੁਰਮਤ ਪਾਂਡਾ ਫੂਟਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਪਰਮ ਸਨਮਾਨਿਓ ਗੁਰੂ ਪਿਆਰੀ ਸਤਸੰਗ ਜੀਓ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿੰਨਾਂ ਦੇ ਲਖਤੇ ਜਿਗਰ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਗੁਰੂ ਕੇ ਪਿਆਰੇ ਸਿੰਘਾਂ ਨੇ ਜੋ ਛੇ ਸੱਤ ਪੋਹ ਤੋਂ ਲੈ ਕੇ 13 ਪੋਹ ਤੱਕ
ਸ਼ਹਾਦਤ ਦੇ ਜਾਮ ਪੀਤੇ, ਉਹਨਾਂ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਗੁਰਮਤਿ ਸਮਾਗਮ ਇੱਥੋਂ ਦੇ ਸਮੁੱਚੇ ਵੀਰਾਂ ਨੇ, ਪ੍ਰਬੰਧਕਾਂ ਨੇ, ਸੰਗਤ ਦੇ ਸਹਿਯੋਗ ਨਾਲ ਉਲੀਕਿਆ, ਜਿਸ ਵਿੱਚ ਆਪ ਜੀ ਨੇ ਸੋਧਾ ਰਹਿਰਾਸ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਬਹੁਤ ਹੀ ਪਿਆਰ ਨਾਲ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ, ਜਿੱਥੇ ਆਪਾਂ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉੱਥੇ ਗੁਰਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦਾ ਇੱਕ ਸ਼ਬਦ, ਜਿਸਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ ਰਾਗ ਗੌੜੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 310 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਵਮਾਨ ਹੈ। ਭਗਤ ਕਬੀਰ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ। ਤੁਸੀਂ ਇਹ ਸਮਾਗਮ ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਸਰਵਣ ਕਰ ਰਹੇ, ਉੱਥੇ ਲਾਈਵ ਆਪਣੇ ਘਰਾਂ ਵਿੱਚ ਬੈਠੇ ਹਾਂ, ਸਫ਼ਰ ਕਰਦਿਆਂ ਵੀ ਇਸ ਸਮਾਗਮ ਦਾ ਆਨੰਦ ਪ੍ਰਾਪਤ ਕਰ ਰਹੇ। ਆਓ, ਇਹਨਾਂ ਸਮਾਗਮਾਂ ਦੇ ਕਰਨ ਦਾ ਮਤਲਬ ਇਹੋ ਹੀ ਹੁੰਦਾ ਹੈ ਕਿ ਅਸੀਂ ਪੁਰਾਣਾ ਇਤਿਹਾਸ, ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ, ਉਹਨੂੰ ਅਜੋਕੇ ਸਮੇਂ ਦੇ ਵਿੱਚ ਆਪਣੇ ਜੀਵਨ 'ਤੇ ਲਾ ਕੇ ਵੇਖੀਏ ਵੀ ਅਸੀਂ ਖਲੋਤੇ ਕਿੱਥੇ। ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਸਿੱਖਿਆਵਾਂ ਨੂੰ ਕੀ ਜਗ੍ਹਾ ਦਿੱਤੀ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਸਿੱਖਿਆਵਾਂ ਨੂੰ ਅਪਣਾਉਂਦੇ ਹਾਂ। ਆਓ ਸਾਰੇ ਬੜੇ ਪਿਆਰ ਨਾਲ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ, ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਰਲ ਕੇ ਇੱਕ ਵਾਰ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਗੁਰਬਾਣੀ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਬੜੇ ਪਿਆਰ ਨਾਲ ਹਾਜ਼ਰੀ ਲਵਾਓ, ਕੋਈ ਵੀ ਰਸਨਾ ਇੱਦਾਂ ਦੀ ਨਾ ਰਵੇ ਜਿਹੜੀ ਬਾਣੀ ਨਾ ਪੜੇ। ਸਾਰੀ ਸੰਗਤ ਨੂੰ ਸਨਿਮਰ ਬੇਨਤੀ ਹੈ, ਰਲ ਕੇ ਆਪਾਂ ਬਾਣੀ ਮੰਗਾਉਣਾ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਾਰੇ ਪੜੋ ਜੀ, ਬਾਣੀ ਪੜਨ ਲੱਗਿਆਂ ਚਿਜਕੋ ਨਾ, ਸਾਰੀ ਸੰਗਤ ਨੂੰ ਬੇਨਤੀ ਹੈ ਰਲ ਕੇ ਬਾਣੀ ਮੰਗਾਓ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਆਂਦੀ ਸ਼ਬਦ ਆਪਾਂ ਸਾਰੇ ਜਾਣਦੇ ਹਾਂ, ਜਦੋਂ ਹਨੇਰ ਆਉਂਦਾ ਹੈ ਤੇ ਕਈ ਵਾਰੀ ਵਸਦੇ ਘਰ ਉੱਜੜ ਜਾਂਦੇ ਨੇ, ਦਰਖਤ ਲੱਕ ਵਿੱਚੋਂ ਟੁੱਟ ਜਾਂਦੇ ਨੇ, ਛੱਤਾਂ ਉਡਾ ਕੇ ਲੈ ਜਾਂਦੀ ਹੈ ਉਹ ਹਨੇਰੀ, ਕਈ ਵਾਰੀ ਜਾਨੀ ਨੁਕਸਾਨ ਵੀ ਹੁੰਦਾ ਤੇ ਮਾਲੀ ਨੁਕਸਾਨ ਵੀ ਹੁੰਦਾ ਜਿਹੜੀ ਹਨੇਰੀ ਆਉਂਦੀ ਹੈ। ਪਰ ਜਿਹੜੀ ਇੱਥੇ ਗਿਆਨ ਦੀ ਹਨੇਰੀ ਹੈ ਉਹਦਾ ਜ਼ਿਕਰ ਕੀਤਾ ਭਗਤ ਕਬੀਰ ਜੀ ਨੇ, ਇਹ ਹਨੇਰੀ ਬਰਬਾਦ ਹੋਏ ਘਰਾਂ ਨੂੰ ਵਸਾ ਦਿੰਦੀ ਹੈ। ਜਿਹੜੇ ਉਜੜੇ ਘਰ ਹੁੰਦੇ ਨੇ, ਜਿਨ੍ਹਾਂ ਘਰਾਂ ਵਿੱਚ ਤਬਾਹੀ ਮੱਚੀ ਹੁੰਦੀ ਹੈ, ਗਿਆਨ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕਰਦਾ ਹੈ। ਤੋ ਸਾਰੀ ਸੰਗਤ ਨੂੰ ਬੇਨਤੀ, ਰਲ ਕੇ ਪੜੋ ਇੱਕ ਵਾਰ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਬੈ ਉਡਾਨੀ ਬ੍ਰਹਮ ਕੀ ਟਾਟੀ, ਸਬੈ ਉਡਾਨੀ ਬ੍ਰਹਮ ਕੀ ਟਾਟੀ। ਵਾਹ ਵਾਹ ਵਾਹ,
ਵੀਰਾਂ ਨੂੰ ਬੇਨਤੀ ਜੀ ਖੁੱਲ ਕੇ ਬਾਣੀ ਪੜੋ, ਤੁਹਾਡੇ ਵੱਲੋਂ ਆਵਾਜ਼ ਘੱਟ ਆ ਰਹੀ ਹੈ। ਸਭੈ ਉਡਾਨੀ ਬ੍ਰਹਮ ਕੀ ਟਾਟੀ, ਸਭੈ ਉਡਾਨੀ ਬ੍ਰਹਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ, ਰਹੇ ਨਾ ਮਾਇਆ ਬਾਂਦੀ, ਰਹੇ ਨਾ ਮਾਇਆ ਬਾਂਦੀ, ਰਹੇ ਨਾ ਮਾਇਆ ਬਾਂਦੀ, ਤਿਸ਼ਨਾ ਸ਼ਾਨ ਭਰੀ ਤਾਰੇ ਉਪਰ, ਤਿਸ਼ਨਾ ਸ਼ਾਨ ਭਰੀ ਤਾਰੇ ਉਪਰ, ਦੁਰਮਤ ਭਾਂਡਾ ਫੂਟਾ, ਦੁਰਮਤ ਭਾਂਡਾ ਫੂਟਾ, ਦੁਚਿੱਤੇ ਕੀ ਦੋਏ ਥੂਣ ਗਿਰਾਨੀ, ਦੁਚਿੱਤੇ ਕੀ ਦੋਏ ਥੂਣ ਗਿਰਾਨੀ, ਮੋਹ ਬਲੇਂਡਾ ਟੂਟਾ, ਮੋਹ ਬਲੇਂਡਾ ਟੂਟਾ, ਵਾਹ ਵਾਹ ਤਿਸ਼ਨਾ ਸ਼ਾਨ ਭਰੀ ਤਾਰੇ ਉਪਰ, ਤਿਸ਼ਨਾ ਸ਼ਾਨ ਭਰੀ ਤਾਰੇ ਉਪਰ, ਦੁਰਮਤ ਭਾਂਡਾ ਫੂਟਾ, ਦੁਰਮਤ ਭਾਂਡਾ ਫੂਟਾ, ਆਂਦੀ ਪਾਛੈ ਜੋ ਜਲ ਵਰਖੈ, ਆਂਦੀ ਪਾਛੈ ਜੋ ਜਲ ਵਰਖੈ, ਤੇ ਤੇਰਾ ਜਨ ਪੀਨਾ, ਤੇ ਤੇਰਾ ਜਨ ਪੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ, ਉਦੈ ਭਾਨ ਜਬ ਚੀਨਾ, ਉਦੈ ਭਾਨ ਜਬ ਚੀਨਾ, ਉਦੈ ਭਾਨ ਜਬ ਚੀਨਾ, ਜਦੋਂ ਬਾਹਰੀ ਤੌਰ ਤੇ ਹਨੇਰੀ ਆਉਂਦੀ ਹੈ ਉਦੋਂ ਬਹੁਤ ਟੁੱਟ ਭੱਜ ਹੁੰਦੀ ਹੈ। ਕਈ ਵਾਰੀ ਆਂਧੀ ਤੋਂ ਬਾਅਦ ਖਲਾਰੇ ਕਿੰਨੇ ਪੈਂਦੇ ਨੇ ਘਰਾਂ ਦੀਆਂ ਖਿੜਕੀਆਂ ਦੇ ਦਰਵਾਜ਼ੇ, ਖਿੜਕੀਆਂ ਦਰਵਾਜ਼ੇ ਟੁੱਟ ਜਾਂਦੇ ਨੇ, ਕਈ ਵਾਰੀ ਬਹੁਤ ਨੁਕਸਾਨ ਹੋ ਜਾਂਦਾ ਜੇ ਤੇਜ਼ ਝੱਖੜ ਵਗੇ ਤਾਂ, ਛੱਤਾਂ ਵੀ ਉਡਾ ਕੇ ਲੈ ਜਾਂਦੀ ਹੈ ਹਨੇਰੀ। ਕਈ ਵਾਰੀ ਆਵਾਜਾਈ ਦੇ ਵਿੱਚ ਵੀ ਫਰਕ ਪੈਂਦਾ ਹੈ, ਜੇ ਕੋਈ ਦਰਖਤ ਟੁੱਟ ਕੇ ਰੋਡ ਦੇ ਵਿੱਚ ਕਾਹੇ ਡਿੱਗ ਪਵੇ, ਇੰਜ ਕਹਿ ਲਓ ਵੀ ਜ਼ਿੰਦਗੀ ਉਥਲ ਪੁਥਲ ਹੋ ਜਾਂਦੀ ਹੈ ਬਾਹਰੀ ਤੌਰ ਤੇ ਜਦੋਂ ਹਨੇਰ ਆਉਂਦਾ ਹੈ। ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਟੁੱਟ ਭਾਜ ਉਦੋਂ ਵੀ ਹੁੰਦੀ, ਪਾਣੀ ਵਿੱਚੋਂ ਕੀ ਨਿਕਲੇਗਾ। ਸਤਿਗੁਰ ਨੇ ਬੜਾ ਪਿਆਰਾ ਬਚਨ ਕੀਤਾ, ਪੰਡਿਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲਿਆ ਤੱਥ,
ਹੇ ਵਿਚਾਰਵਾਨ ਜੇ ਦੇਹੀ ਨੂੰ ਲੁਕੀਏ ਤੇ ਵਿੱਚੋਂ ਤੱਥ ਨਿਕਲੂਗਾ, ਵਿੱਚੋਂ ਕੁਝ ਪ੍ਰਾਪਤੀ ਹੋਏਗੀ। ਪਰ ਜਲ ਮਥੀ ਹੈ, ਜਲ ਦੇਖੀਏ ਭਾਈ ਇਹ ਜਗ ਇਹ ਵਾ। ਧਿਆਨ ਨਾਲ ਸੁਣਿਓ, ਤੁਸੀਂ ਪੜ੍ਹੇ ਲਿਖੇ ਬੀਚੋ ਗੱਲ ਛੇਤੀ ਕੈਚ ਕਰੋਗੇ। ਤੁਸੀਂ ਇੱਕ ਬਰਤਨ ਚ ਦਹੀਂ ਪਾਇਆ, ਪਾਇਆ ਦਹੀਂ ਹੈ ਪਰ ਮਧਾਣੀ ਨੇ ਉਹਦਾ ਨਾਂ ਬਦਲ ਦਿੱਤਾ। ਜਦੋਂ ਤੁਸੀਂ ਚਾਟੀ ਵਿੱਚ ਦਹੀਂ ਪਾਇਆ, ਵਿੱਚ ਮਧਾਣੀ ਘੁੰਮੀ, ਜਦੋਂ ਮਧਾਣੀ ਨੇ ਉਹਨੂੰ ਰਿੜਕਿਆ, ਹੁਣ ਉਹਦਾ ਨਾਂ ਦਹੀਂ ਹੈਗਾ। ਤੁਸੀਂ ਪਾਇਆ ਤੇ ਦਹੀਂ ਸੀ, ਪਰ ਮਧਾਣੀ ਨੇ ਰਿੜਕਣ ਤੋਂ ਬਾਅਦ ਉਹਦਾ ਨਾਮ ਚੇਂਜ ਕਰਤਾ। ਹੁਣ ਤੁਸੀਂ ਉਹਨੂੰ ਲੱਸੀ ਕਹੋਗੇ ਜਾਂ ਮੱਖਣ ਕਹੋਗੇ। ਪਰ ਦੂਜੇ ਬੰਨੇ ਇੱਕ ਚਾਟੀ ਚ ਪਾਣੀ ਪਾਇਆ ਤੇ ਉਹਦੇ ਚ ਮਧਾਣੀ ਪਾਈ ਹੈ, ਤੁਸੀਂ ਭਾਵੇਂ 3 ਘੰਟੇ ਰਿੜਕੀ ਜਾਓ, ਉਹਦਾ ਨਾਂ ਨੀ ਚੇਂਜ ਹੋਇਆ, ਕਿਉਂਕਿ ਪਾਣੀ ਦਾ ਪਾਣੀ ਰਹਿਣਾ। ਪਾਣੀ ਦਾ ਕੀ ਨਾਂ ਚੇਂਜ ਕਰੋਗੇ ਤੁਸੀਂ? ਹੁਣ ਸਤਿਗੁਰ ਨੇ ਕਿੱਡਾ ਪਿਆਰਾ ਬਚਨ ਕੀਤਾ, ਕਹਿੰਦੇ ਪੰਡਿਤ ਦਹੀਂ ਬਲੋਈਏ ਭਾਈ, ਵਿੱਚੋਂ ਨਿਕਲੇ ਤੱਥ ਜਲ ਮਥੀਏ, ਜਲ ਦੇਖੀਏ ਭਾਈ ਇਹ ਜਗ ਇਹ ਵੱਥ। ਅੱਛਾ, ਮਿਹਨਤ ਪਾਣੀ ਰਿੜਕਣ ਤੇ ਵੀ ਆਉਣੀ ਲੱਗਣੀ ਹੈ ਤੇ ਮਿਹਨਤ ਦਹੀਂ ਰਿੜਕਣ ਤੇ ਵੀ ਆਉਣੀ ਲੱਗਣੀ ਹੈ। ਆ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ, ਮਿਹਨਤ ਉਹਨਾਂ ਦੀ ਵੀ ਉਨੀ ਹੁੰਦੀ ਹੈ। ਤੁਸੀਂ ਕੀ ਸੋਚਦੇ ਹੋ ਵੀ ਉਹਨਾਂ ਦੀ ਮਿਹਨਤ ਨੀ ਹੁੰਦੀ? ਮਿਹਨਤ ਉਹ ਵੀ ਉਨੀ ਕਰਦੇ ਆ ਪਰ ਪ੍ਰਾਪਤੀ ਕੁਝ ਨਹੀਂ ਹੁੰਦੀ। ਪਾਤਸ਼ਾਹ ਜੀ ਕਹਿੰਦੇ ਜੇ ਮਿਹਨਤ ਹੀ ਕਰਨੀ ਹੈ ਤੇ ਕਮ ਸੇ ਕਮ ਪਦਾਰਥ ਤੇ ਅਸਲੀ ਰਹਿਆ। ਹੁਣ ਇਹੋ ਵਜ੍ਹਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਰ ਹੁਣ ਜਿਹੜੇ ਹਰਿਦੁਆਰ ਉੱਥੇ ਪਾਣੀ ਦੇ ਰਹੇ ਸੀ ਸੂਰਜ ਵੱਲ, ਮਿਹਨਤ ਕਰ ਰਹੇ ਸੀ ਮਹਾਰਾਜ। ਕਹਿੰਦੇ ਮਿਹਨਤ ਹੀ ਕਰਨੀ ਹੈ ਤੇ ਥੋੜੀ ਜੀ ਦਿਸ਼ਾ ਬਦਲੋ, ਇਹ ਪਾਣੀ ਸੂਰਜ ਨੂੰ ਮਗਰੋਂ ਦੇਣ ਦੀ ਬਜਾਏ ਜਿਉਂਦਿਆਂ ਮਾਂ ਬਾਪ ਦੀ ਸੇਵਾ ਕਰ। ਤਰੀਕਾ ਸੀ ਨਾ ਮਹਾਰਾਜ ਨੂੰ ਸਮਝਾਉਣ ਦਾ। ਹੁਣ ਜੇ ਇਹ ਗੱਲ ਸਾਰੀ ਦੁਨੀਆਂ ਨੂੰ ਸਮਝ ਲੱਗ ਜਾਏ ਤੇ ਬਿਰਧ ਆਸ਼ਰਮਾਂ ਦੇ ਵਿੱਚ ਬਜ਼ੁਰਗ ਰੋਲਣਗੇ ਸਾਸਨ, 2 ਮਿੰਟ ਸੋਚ ਕੇ ਵੇਖੋ ਬੜਾ। ਬਜ਼ੁਰਗ ਜਿਹੜੀ ਆ ਬੇਕਦਰੀ ਬਜ਼ੁਰਗਾਂ ਦੀ ਘਰਾਂ ਦੇ ਵਿੱਚ ਹੋ ਰਹੀ ਹੈ, ਉਹ ਹੋਏਗੀ ਭਲਾ ਜੇ ਇਸ ਨੁਕਤੇ ਨੂੰ ਸਮਝਿਆ ਜਾਵੇ ਕਿ ਮਗਰੋਂ ਜਿਹੜੇ ਅਸੀਂ ਪਖੰਡ ਕਰਦੇ ਹਾਂ ਇਹ ਕਰਨ ਦੀ ਲੋੜ ਨਹੀਂ। ਜਿਉਂਦੇ ਤੁਸੀਂ ਰਿਸਪੈਕਟ ਕਰੋ ਆਪਣੀ ਮਾਤਾ ਦੀ, ਆਪਣੇ ਪਿਤਾ ਦੀ, ਆਪਣੇ ਬਜ਼ੁਰਗਾਂ ਦੀ, ਜੋ ਘਰ 'ਚ ਹੈਗੇ। ਹੁਣ ਇਸ ਦਲਦਲ ਚੋਂ ਪਾਤਸ਼ਾਹ ਨੇ ਸਾਨੂੰ ਲੰਬਾ ਸਮਾਂ ਲਾ ਕੇ ਕੱਢਿਆ, ਇਸ ਗੁਲਾਮੀ ਚੋਂ ਸਾਨੂੰ ਲੰਬਾ ਸਮਾਂ ਲਾ, ਜਿਸ ਵਿਪਰਵਾਦ ਦੇ ਖਾਰੇ ਸਾਗਰ ਵਿੱਚ ਸਮਾਜ ਪਿਆ ਹੋਇਆ ਸੀ, 10 ਜਾਮਿਆਂ ਦੇ ਵਿੱਚੋਂ ਵਿਚਰ ਕੇ ਸਾਨੂੰ ਉਸ ਦਲਦਲ ਚੋਂ ਬਾਹਰ ਕੱਢਿਆ ਗਿਆ। ਅੱਛਾ ਵੇਖੋ ਕਿੰਨੀ ਕਮਾਲ ਦੀ ਗੱਲ, ਉਸ ਵਿਪਰਵਾਦ ਦੇ ਖਾਰੇ ਸਾਗਰ ਚੋਂ ਬਾਹਰ ਕੱਢਣ ਲਈ ਮੁਸ਼ਕਲਾਂ ਦਾ ਕਿੰਨਾ ਸਾਹਮਣਾ ਕਰਨਾ ਪਿਆ। ਤੁਸੀਂ ਅੱਜ ਵੀ ਵੇਖ ਲਓ, ਅੱਜ ਵੀ ਜਿਹੜਾ ਵਿਪਰਵਾਦ ਦੇ ਖਾਰੇ ਸਾਗਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੁੰਦੇ, ਅਸੀਂ ਵਿਰੋਧ ਵਿੱਚ ਖੜੇ ਹੋ ਜਾਂਦੇ। ਦੂਰ ਕੀ ਜਾਣਾ, ਮੂਲ ਨਾਨੂੰ ਸਹੀ ਕੈਲੰਡਰ ਦੀ ਗੱਲ ਹੀ ਕਰ ਲਓ ਤੁਸੀਂ, ਜਿਹੜੀ ਸਾਡੀ ਅਡਰੀ ਤੇ ਨਿਆਰੀ ਹੋਣ ਦਾ ਪ੍ਰਤੀਕ ਹੈ। ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਕਿੰਨੇ ਸਾਲ ਮਿਹਨਤ ਕਰਕੇ ਉਹ ਕੈਲੰਡਰ ਤਿਆਰ ਕੀਤਾ ਤੇ ਨੁਕਸ ਕੌਣ ਲੋਕ ਕਰ ਰਹੇ ਨੇ, ਜਿਹਨਾਂ ਨੂੰ ਕੈਲੰਡਰ ਦੀ ਸ਼ਾਇਦ ਏ ਬੀ ਸੀ ਵੀ ਨਹੀਂ ਆਉਂਦੀ, ਜਿਹਨਾਂ ਨੂੰ ਪਤਾ ਹੀ ਕਰਦੇ ਕਹਿ ਲਓ, ਉਹ ਸ਼ਬਦ ਸਹੀ ਬੋਲ ਦਿੰਦੇ ਜੇ ਉਹਨਾਂ ਨੂੰ ਕੀ ਪਤਾ ਸੀ। ਉਹਨਾਂ ਨੇ ਸਾਨੂੰ ਕੁਝ ਸਿਧਾਂਤ ਦਿੱਤੇ ਵੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਦਿਨ ਮੁਕਰਰ ਕਰ ਲਓ। ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹਰ ਸਾਲ ਮਨਾਉਂਦੇ ਹਾਂ, ਚਲੇ ਜਾਂਦੇ ਹਾਂ, ਪਰ ਕਦੀ ਸੋਚ ਕੇ ਵੇਖਿਆ ਜੰਗ ਕੀ ਸੀ, ਲੜਾਈ ਦੇ ਕਾਰਨ ਕੀ ਸੀ? ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਕਿਸੇ ਦੀ ਜ਼ਮੀਨ ਨਹੀਂ ਨੱਪੀ, ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ, ਮਾਖੋਵਾਲ ਦੀ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਵਸਾਇਆ ਮਹਾਰਾਜ ਨੇ, ਕਿਸੇ ਦੀ ਜ਼ਮੀਨ ਤੇ ਮਹਾਰਾਜ ਨੇ ਨਜਾਇਜ਼ ਕਬਜ਼ਾ ਨਹੀਂ ਕੀਤਾ, ਸਭ ਤੋਂ ਵੱਡੀ ਗੱਲ ਇਹ। ਫਿਰ ਇੱਥੇ ਬਸ ਨਹੀਂ,
ਪਾਤਸ਼ਾਹ ਜੀ ਹਰ ਇੱਕ ਬੰਦੇ ਦੀ ਬਾਂਹ ਫੜਦੇ ਨੇ, ਹਰ ਇੱਕ ਦੇ ਨਾਲ ਖੜਦੇ ਨੇ, ਪਰ ਉਹਨਾਂ ਨੂੰ ਤਕਲੀਫ ਹੈ ਪਾਤਸ਼ਾਹ ਦਾ, ਪਾਤਸ਼ਾਹ ਦੇ ਨਾਲ ਕੀ ਕਿ ਮਹਾਰਾਜ ਆਮ ਲੁਕਾਈ ਦੇ ਹੱਕ ਵਿੱਚ ਕਿਉਂ ਖਲੋਂਦੇ ਨੇ। 1680 ਦੇ ਵਿੱਚ ਰਣਜੀਤ ਨਗਾਰਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਥਾਪਿਤ ਕੀਤਾ ਜਾਂਦਾ ਹੈ। ਇੱਥੇ ਨਗਾਰੇ ਰੱਖਣ ਤੇ ਪਾਬੰਦੀ ਸੀ, ਇੱਥੇ ਕੋਈ ਮਨੁੱਖ ਆਪਣੀ ਮਨ ਮਰਜ਼ੀ ਨਾਲ ਰੰਗ ਨਹੀਂ ਸੀ ਪਹਿਨ ਸਕਦਾ, ਗੁਲਾਮੀ ਦਾ ਮਨੁੱਖ ਨੂੰ ਅਹਿਸਾਸ ਕਰਾਇਆ ਜਾਂਦਾ ਸੀ। ਅੱਜ ਵੀ ਅੱਜ ਕਿਹੜਾ ਨਹੀਂ ਹੈਗਾ। ਪਾਤਸ਼ਾਹ ਨੇ ਜਿਸ ਦਲਦਲ ਚੋਂ ਸਾਨੂੰ ਲੰਬਾ ਟਾਈਮ ਲਾ ਕੇ ਬਾਹਰ ਕੱਢਿਆ, ਤੁਸੀਂ ਕਦੀ ਨੋਟ ਕਰਕੇ ਵੇਖਿਓ, ਜਿਹੜੇ ਤੁਹਾਡੇ ਜੋ ਬਾਣੀ ਪੜ੍ਹਨ ਵਾਲੇ ਬੈਠੇ ਗੁਰਮੁਖ ਪਿਆਰੇ, ਬ੍ਰਾਹਮਣ ਦੇ ਮੁਤਾਬਕ ਜੇ ਕੋਈ ਸ਼ੂਦਰ ਬੰਦਾ ਧਰਮ ਗ੍ਰੰਥ ਪੜ੍ਹਦਾ ਨਾ, ਉਹਦੀ ਜ਼ਬਾਨ ਕੱਟ ਦੇ, ਮਤਲਬ ਉਹਨੂੰ ਪੜ੍ਹਨ ਦੀ ਆਗਿਆ ਨਹੀਂ ਹੈਗੀ। ਤੇ ਜੇ ਕੋਈ ਸ਼ੂਦਰ ਬੰਦਾ ਕੰਨਾਂ ਨਾਲ ਸੁਣਦਾ ਤਾਂ ਉਹਦੇ ਕੰਨਾਂ 'ਚ ਸਿੱਕਾ ਘੋਲ ਕੇ ਪਾ ਦੇ, ਇਹ ਬ੍ਰਾਹਮਣ ਦੀ ਸੋਚ ਸੀ। ਪਰ ਇੱਧਰ ਕੰਮ ਉਲਟ ਹੈ, ਇੱਧਰ ਜੇ ਕੋਈ ਧਰਮ ਦੀ ਗੱਲ ਨਹੀਂ ਸੁਣਦਾ, ਮਹਾਰਾਜ ਕਹਿੰਦੇ ਇਹਦੇ ਕੰਨ ਬੰਦ ਕਰ ਦਿਓ, ਕੰਨਾਂ ਤੋਂ ਲੈਣੇ ਕਿ ਜੇ ਇਹਨੇ ਕੋਈ ਚੰਗੀ ਵਿਚਾਰ ਨਹੀਂ ਸੁਣੀ, ਜੇ ਕੋਈ ਜ਼ੁਬਾਨ ਨਾਲ ਸੱਚ ਨਹੀਂ ਉਚਾਰਦਾ, ਸੱਚ ਨਹੀਂ ਬੋਲਦਾ, ਮਹਾਰਾਜ ਕਹਿੰਦੇ ਜ਼ੁਬਾਨ ਕੱਢ ਦਿਓ। ਰਸਨਾ ਜਪੇ ਨਾ ਨਾਮ, ਸਾਰੇ ਬੋਲੋ ਰਸਨਾ ਜਪੇ ਨਾ, ਤਿਲ ਤਿਲ ਕਰ ਕੱਟੀ। ਜੇ ਰਸਨਾ ਨਾਮ ਨਹੀਂ ਜਪਦੀ, ਜੇ ਰਸਨਾ ਸੱਚ ਦੀ ਗਵਾਹੀ ਨਹੀਂ ਭਰਦੀ, ਤੇ ਮਾਰੇ ਗਏ ਤਿਲ ਤਿਲ ਕਰਕੇ ਭੂਰਾ ਭੂਰਾ ਕਰਕੇ ਇਹਨੂੰ ਕੱਢ ਦੇ। ਕਰਨ ਨਾ ਸੁਣੇ ਨਾਦ, ਕਰਨ ਮੁੰਦ ਘਾਲਿਆ, ਜੇ ਕਰਨ ਸੱਚ ਨਹੀਂ ਸੁਣਦੇ, ਇਹਨਾਂ ਦੇ ਵਿੱਚ ਸਿੱਕਾ ਘੋਲ ਕੇ ਇਹਨੂੰ ਬੰਦ ਕਰ ਦੇਣਾ ਚਾਹੀਦਾ, ਕੀ ਲੈਣਾ ਇਹਨਾਂ ਕੰਨਾਂ ਕੋਲ। ਹੁਣ ਫਰਕ ਵੇਖੋ ਨਾ ਤੁਸੀਂ, ਉਧਰ ਕਹਿੰਦੇ ਆ ਜੇ ਧਰਮ ਗ੍ਰੰਥ ਤੁਸੀਂ ਸੁਣਿਆ ਤੇ ਤਾਂ ਕੰਨਾਂ ਚ ਸਿੱਕਾ ਘੋਲ ਕੇ ਪਾਇਆ ਜਾਏਗਾ, ਜੇ ਪੜ੍ਹਿਆ ਤੇ ਤਾਂ ਜ਼ਬਾਨ ਕੱਟੀ ਜਾਏਗੀ, ਇਹਦਾ ਉਲਟ ਹੈ। ਐਜੂਕੇਸ਼ਨ ਯਹੂਦੀਆਂ ਬਾਰੇ ਤੁਸੀਂ ਪੜ੍ਹੇ ਲਿਖੇ ਹੋ, ਯਹੂਦੀਆਂ ਨੂੰ ਹਿਟਲਰ ਨੇ ਚੈਂਬਰਾਂ ਚ ਪਾ ਪਾ ਕੇ ਸਾੜਿਆ, ਅੱਜ ਕੌਣ ਚਲਾ ਰਹੇ ਨੇ ਦੁਨੀਆਂ ਨੂੰ, ਸਾਰੇ ਪੜ੍ਹੇ ਲਿਖੇ ਤੁਸੀਂ ਜਾਣਦੇ ਹੋ। ਉਹ ਕੌਮ ਜਿਹੜੀ ਮੁੱਠੀ ਭਰ ਰਹਿ ਗਈ ਪਰ ਐਜੂਕੇਸ਼ਨ ਨੇ ਕਿੱਥੋਂ ਦਾ ਕਿੱਥੇ ਪਹੁੰਚਾ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਮੁੱਢ ਫੜਿਆ। ਤੁਸੀਂ ਵੇਖਿਓ ਜੇ ਬਾਬਾ ਫਤਿਹ ਸਿੰਘ ਅੱਜ ਭਰੇ ਦਰਬਾਰ ਦੇ ਵਿੱਚ ਸੂਬੇ ਸਰਹੰਦ ਦੀ ਕਚਹਿਰੀ 'ਚ ਸਵਾਲਾਂ ਦੇ ਜਵਾਬ ਦੇ ਰਹੇ ਨੇ ਨਾ, ਨੀਂਹ ਕਿੱਥੋਂ ਰੱਖੀ ਗਈ ਸੀ ਭਲਾ। ਜਿੱਦਣ ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਸ਼ੇਰ ਸ਼ਾਹ ਸੂਰੀ ਕੋਲੋਂ ਹਮਾਇੂ ਹਾਰ ਖਾ ਕੇ ਆਇਆ, ਤੇ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਉਸ ਟਾਈਮ ਕੀ ਕਰ ਰਹੇ ਸੀ ਭਲਾ, ਜਿਹਨਾਂ ਨੇ ਹਿਸਟਰੀ ਪੜ੍ਹੀ ਹੋਣੀ। ਗੁਰੂ ਅੰਗਦ ਸਾਹਿਬ ਛੋਟੇ ਛੋਟੇ ਬੱਚਿਆਂ ਦੀ ਕੀ ਲਾ ਕੇ ਬੈਠੇ ਸੀ ਭਲਾ ਜੀ, ਬੋਲੋ ਜੀ। ਗੁਰੂ ਕੇ ਪਿਆਰਿਓ, ਆਪਣੀ ਕੌਮ ਦਾ ਇਤਿਹਾਸ ਪੜ੍ਹਿਆ ਕਰੋ। ਮੈਂ ਅੱਜ ਦਿਨ ਦੇ ਦੌਰਾਨ ਸੀ ਇੱਕ ਸ਼ਬਦ ਬੋਲਿਆ ਸੀ ਕਿ ਵਿਦੇਸ਼ਾਂ ਵਿੱਚ ਤੁਹਾਨੂੰ ਕਈਆਂ ਨੂੰ ਜਾਣ ਦਾ ਮੌਕਾ ਮਿਲਦਾ ਹੋਣਾ, ਮੈਂ ਜਿੰਨਿਆਂ ਦੇਸ਼ਾਂ 'ਚ ਗਿਆ ਮੈਂ ਇੱਕ ਚੀਜ਼ ਹਮੇਸ਼ਾ ਨੋਟ ਕਰਦਾ, ਮੈਂ ਅੱਜ ਦਿਨੇ ਦੀਵਾਨ 'ਚ ਵੀ ਕਿਹਾ, ਮੈਂ ਦੁਬਾਰਾ ਦੁਹਰਾ ਦਿੰਦਾ, ਤੁਸੀਂ ਵੀ ਵੇਖਿਆ ਹੋਣਾ ਤੁਹਾਡੇ ਚੋਂ ਕਈਆਂ ਦੇ ਬੱਚੇ ਵਿਦੇਸ਼ ਹੋਣੇ, ਕਈਆਂ ਦੇ ਪਰਿਵਾਰ ਦਾ ਕੋਈ ਜੀ ਬਾਹਰ ਹੋਏਗਾ, ਜੇ ਨਹੀਂ ਤਾਂ ਦੁਬਾਰਾ ਗੱਲ ਚੇਤਾ ਰੱਖਿਓ, ਨੋਟ ਕਰਿਓ। ਜਿਹੜੇ ਗੋਰੇ ਲੋਕ ਨੇ ਉਹਨਾਂ ਦਾ ਕੋਈ ਛੋਟਾ ਜਿਹਾ ਬੱਚਾ ਵੀ ਹੋਵੇ ਨਾ, 10-12-15 ਸਾਲ ਦਾ, ਜੇ ਘੁੰਮਣ ਜਾਊਗਾ ਆਪਣੇ ਮਾਂ ਬਾਪ ਦੇ ਨਾਲ ਤੇ ਉਹਦੇ ਹੱਥ 'ਚ ਕਿਤਾਬ ਹੋਏਗੀ, ਉਹਦੇ ਕੋਲ ਕਿਤਾਬ ਹੁੰਦੀ ਵੀ ਜੇ ਘੁੰਮਣ ਵੀ ਗਿਆ, ਜੇ ਜਿੱਥੇ ਵੀ ਉਹਨੂੰ ਕਿਤੇ ਪਾਰਕ ਵਿੱਚ ਟਾਈਮ ਲੱਗਿਆ ਤੇ ਉਹ ਕਿਤਾਬ ਪੜ੍ਹਦਾ। 10-12 ਸਾਲ ਦੇ ਬੱਚੇ ਕੋਲ ਵੀ ਕਿਤਾਬ ਹੈਗੀ ਹੈ, ਤੇ 60-70 ਸਾਲ ਦਾ ਜੇ ਕੋਈ ਬਜ਼ੁਰਗ ਪਲੇਨ ਵਿੱਚ ਬੈਠਾ, ਏਅਰਪੋਰਟ ਤੇ ਬੈਠਾ, ਤੇ ਉਹਦੇ ਹੱਥ ਵਿੱਚ ਵੀ ਕਿਤਾਬ ਹੈਗੀ। ਅਜੇ ਉਹ ਇਹ ਨਹੀਂ ਕਹਿੰਦੇ ਸਾਡਾ ਗੁਰੂ ਗਿਆਨ ਆ, ਤੇ ਅਸੀਂ ਸਿੱਖ ਹੋ ਆ ਜਿਹੜੇ ਕਹਿੰਦੇ ਸਾਡਾ ਗੁਰੂ ਗਿਆਨ ਆ, ਸਾਡਾ ਗੁਰੂ ਗ੍ਰੰਥ ਆ, ਸਾਡਾ ਗੁਰੂ ਵਿਚਾਰ ਆ। ਤੁਸੀਂ ਕਦੀ ਆਪਣੀ ਜ਼ਿੰਦਗੀ 'ਚ ਕਿਸੇ ਪਲੇਟਫਾਰਮ ਤੇ, ਕਿਸੇ ਏਅਰਪੋਰਟ ਤੇ, ਕਿਸੇ ਬੱਸ ਵਿੱਚ ਸਫ਼ਰ ਕਰਦੇ ਆ, ਕਿਸੇ ਸਿੱਖ ਦੇ ਹੱਥ 'ਚ ਕਿਤਾਬ ਦੇਖੀ? ਮੈਂ ਬੇਨਤੀ ਕਰਦਾ ਨਾ, ਜੇ ਵੇਖੀ ਹੋਵੇ ਤਾਂ ਫੋਟੋ ਜ਼ਰੂਰ ਲਾਇਓ,
ਤਾਂ ਕਿ ਆਪਾਂ ਇੰਟਰਨੈਟ ਤੇ ਘੁਮਾਈਏ ਵੀ ਯਾਰ ਸਾਡੇ ਪੰਜਾਬੀ ਵੀ ਪੜ੍ਹਦੇ ਐਵੇਂ ਨਾ ਸਾਨੂੰ ਬਦਨਾਮ ਕਰੋ। ਜੇ ਮਾੜੀਆਂ ਚੀਜ਼ਾਂ ਲੋਕੀ ਇੰਟਰਨੈਟ ਤੇ ਘੁਮਾ ਸਕਦੇ ਚੰਗੀਆਂ, ਪਰ ਸੱਚ ਇਹ ਵੇ ਸਾਨੂੰ ਪੜ੍ਹਨ ਦਾ ਬੋਲੋ ਜੀ ਗੱਜ ਕੇ ਬੋਲੋ ਜੀ ਸ਼ੌਂਕ ਹੈ। ਜਿਹੜੀ ਚੀਜ਼ ਦਾ ਬੰਦੇ ਨੂੰ ਸ਼ੌਂਕ ਹੁੰਦਾ ਨਾ ਉਹ ਲੱਭ ਕੇ ਲੈ ਕੇ ਆਉਂਦੇ, ਲੱਭ ਕੇ ਲੈ ਕੇ। ਹੁਣ ਜਿਹੜੇ ਉਹਨਾਂ ਉਹਨਾਂ ਲੋਕਾਂ ਵਿੱਚ ਸੋਚ ਹੈ ਵੀ ਉਹ ਕਿਤਾਬਾਂ ਖਰੀਦਦੇ ਆ ਚੰਗੀਆਂ, ਕਦੀ ਤੁਸੀਂ ਅੰਮ੍ਰਿਤਸਰ ਗਏ ਹੋ ਤੇ ਤੁਸੀਂ ਕਿਸੇ ਬੁੱਕ ਸਟਾਲ ਤੇ ਗਏ ਹੋ ਤੇ ਤੁਸੀਂ ਕਹੋ ਜੀ ਕਿਤਾਬਾਂ ਖਰੀਦਣੀਆਂ ਸੀ। ਅਸੀਂ ਸਿੱਖੀ ਲਹਿਰ ਵੇਲੇ ਨਾ ਸਟਾਲ ਲਾਉਣਾ, ਇਹ ਸਾਡੇ ਅੱਖੀ ਵੇਖਣ ਦੀਆਂ ਗੱਲਾਂ, ਕਈਆਂ ਨੇ ਆਣ ਕੇ ਸਟਾਲ ਤੇ ਪਤਾ ਹੀ ਕਹਿਣਾ ਕੋਈ ਚੰਗੀ ਜੀ ਕਿਤਾਬ ਹੈਗੀ ਤੇ ਦੇ ਦਿਓ ਜੀ। ਹੁਣ ਜੇ ਉਹਨਾਂ ਨੂੰ ਕੋਈ ਕਵੇ ਵੀ ਸਾਰੀਆਂ ਚੰਗੀਆਂ ਕਰਕੇ ਲੈ ਕੇ ਆਏ, ਕਿਤਾਬਾਂ ਤਾਂ ਸਾਰੀਆਂ ਚੰਗੀਆਂ ਹੁੰਦੀਆਂ, ਤੁਸੀਂ ਦੱਸੋ ਕਿਹੜੀ ਲੈਣੀ। ਤੁਸੀਂ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਕਦੀ ਕਿਹਾ ਚੰਗਾ ਜਿਹਾ ਕੱਪੜਾ, ਤੁਸੀਂ ਕੱਪੜੇ ਦਾ ਨਾਂ ਦੱਸਦੇ ਹੋ। ਤੁਸੀਂ ਗੱਡੀ ਲੈਣੀ ਹੋਵੇ ਕਦੀ ਇਹ ਕਿਹਾ ਚੰਗੀ ਜੀ ਗੱਡੀ ਵਿਖਾ ਦਿਓ। ਤੁਸੀਂ ਘਰੋਂ ਸਲਾਹ ਕਰਕੇ ਜਾਂਦੇ ਹੋ ਵੀ ਕਿਹੜੀ ਗੱਡੀ ਲੈ ਕੇ ਆਉਣੀ ਹੈ। ਮੰਨ ਲਓ ਕਿਸੇ ਕੰਪਨੀ ਦੀਆਂ ਗੱਡੀਆਂ ਤੇ ਕਈ ਹੁੰਦੀਆਂ ਨੇ, ਪਰ ਤੁਸੀਂ ਘਰੋਂ ਤੈਅ ਕਰਦੇ ਕਿ ਸਾਡਾ ਇੰਨਾ ਕੁ ਬਜਟ ਹੈ ਇਹੋ ਗੱਡੀ ਲੈ ਕੇ ਜਾਣੀ। ਤੁਸੀਂ ਫਰੂਟ ਵਾਲੀ ਦੁਕਾਨ ਤੇ ਵੀ ਜਾ ਕੇ ਇੱਦਾਂ ਨਹੀਂ ਕਦੀ ਕਹੋਗੇ ਵੀ ਚੰਗਾ ਜਿਹਾ ਫਰੂਟ ਦੇ ਦਿਓ। ਤੁਸੀਂ ਨਾ ਲੈਂਦੇ ਵੀ ਫਰੂਟ ਤੇ ਕੋਈ 20 ਕਿਸਮ ਦਾ, ਤੁਸੀਂ ਕਿਹੜਾ ਲੈਣਾ ਇਹ ਚ। ਤੁਸੀਂ ਮਠਿਆਈ ਵਾਲੀ ਦੁਕਾਨ ਤੇ ਕਦੇ ਨੀ ਜਾ ਕੇ ਆਉਂਦੇ ਜੀ ਸਾਨੂੰ ਚੰਗੀ ਜੀ ਮਠਿਆਈ ਦੇ ਦਿਓ। ਤੁਸੀਂ ਜਾ ਕੇ ਇਹ ਕਹੋਗੇ ਅਸੀਂ ਇਹਦੇ ਵਿੱਚੋਂ ਆਹ ਲੈਣਾ, ਸਾਨੂੰ ਆਹ ਦਿਓ, ਸਾਨੂੰ ਤੁਹਾਨੂੰ ਗਜਰੇਲਾ ਚਾਹੀਦਾ, ਤੁਹਾਨੂੰ ਗੁਲਾਬ ਜਾਮਨ ਚਾਹੀਦਾ, ਤੁਸੀਂ ਨਾ ਲੈਂਦੇ ਹੋ। ਜੇ ਅਸੀਂ ਦੁਨਿਆਵੀ ਵਸਤੂਆਂ ਦੇ ਨਾਮ ਲੈ ਕੇ ਖਰੀਦਦੇ ਹਾਂ, ਜਦੋਂ ਸਾਹਿਤ ਦੀ ਗੱਲ ਆਈ, ਕਿਤਾਬਾਂ ਦੀ ਗੱਲ ਆਈ, ਉਦੋਂ ਕੀ ਸ਼ਬਦ ਬੋਲਿਆ ਭਲਾ ਜੀ। ਸਾਨੂੰ ਕੋਈ ਚੰਗੀ ਜੀ ਕਿਤਾਬ ਦੇ ਦਿਓ, ਮਤਲਬ ਸਾਨੂੰ ਮਠਿਆਈਆਂ ਦਾ ਪਤਾ ਹੈ, ਸਾਨੂੰ ਕੱਪੜਿਆਂ ਦਾ ਪਤਾ ਹੈ, ਸਾਨੂੰ ਬ੍ਰਾਂਡ ਦਾ ਪਤਾ ਹੈ, ਸਾਨੂੰ ਗੱਡੀਆਂ ਦਾ ਪਤਾ ਹੈ, ਸਾਨੂੰ ਮੋਬਾਈਲਾਂ ਦਾ ਪਤਾ ਹੈ ਵੀ ਮੈਂ ਕਿਹੜਾ ਮੋਬਾਈਲ ਲੈਣਾ ਪਤਾ। ਪਰ ਇੱਧਰ ਨਹੀਂ ਧਿਆਨ ਸਾਡਾ, ਇੱਧਰ ਅਸੀਂ ਸਮਾਂ ਹੀ ਨਹੀਂ ਲਾਇਆ ਕਦੀ। ਜੇ ਅਸੀਂ ਆਪ ਪੜ੍ਹੀਏ ਤੇ ਵਿਚਾਰੀਏ ਸਮਝ ਆਵੇ। ਮੈਂ ਅੱਜ ਦਿਨ ਦੇ ਦੀਵਾਨ ਚ ਵੀ ਕਿਹਾ ਸੀ, ਦੋ ਜੰਗਾਂ ਹੋਈਆਂ, ਇੱਕ ਹਥਿਆਰਾਂ ਦੀ ਜੰਗ ਚਮਕੌਰ ਸਾਹਿਬ ਦੀ ਗੜੀ ਚ, ਤੇ ਵਿਚਾਰਾਂ ਦੀ ਜੰਗ ਹੋਈ ਹੈ ਫਤਿਹਗੜ੍ਹ ਸਰਹੰਦ ਦੇ ਵਿੱਚ। ਇੱਥੇ ਵਿਚਾਰਾਂ ਦੀ ਜੰਗ ਹੋਈ, ਇੱਥੇ ਵਿਚਾਰ ਹੋਏ ਨੇ ਤਿੰਨ ਦਿਨ ਲਗਾਤਾਰ, ਤਿੰਨ ਦਿਨ ਸਵਾਲ ਜਵਾਬ ਹੋਏ ਨੇ। ਉਹ ਸਵਾਲ ਕਰਦੇ ਨੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸਵਾਲਾਂ ਦੇ ਜਵਾਬ ਦਿੰਦੇ ਨੇ ਤਿੰਨ ਦਿਨ। ਜਦੋਂ ਨਾ ਸਾਹਿਬਜ਼ਾਦ ਨੂੰ ਨੀਹਾਂ ਚਿਣਿਆ ਜਾ ਰਿਹਾ, ਉਸ ਵਕਤ ਅੱਲਾ ਯਾਰ ਖਾਂ ਜੋਗੀ ਦੂਜੇ ਮਰਦ ਵਿੱਚ ਪੈਦਾ ਹੋਇਆ, ਬੰਦਾ ਕਿੰਨਾ ਸੱਚ ਲਿਖਦਾ। ਉਹ ਕਹਿੰਦਾ ਜਦੋਂ ਦੋਨਾਂ ਜਣਾ ਨੀਹਾਂ ਚਿਣਿਆ ਜਾ ਰਿਹਾ ਸੀ ਤੇ ਵੱਡੇ ਸਾਹਿਬਜ਼ਾਦੇ ਨੇ ਛੋਟੇ ਸਾਹਿਬਜ਼ਾਦੇ ਦੇ ਚਿਹਰੇ ਵੱਲ ਵੇਖਿਆ, ਨਿੱਕੇ ਨੇ ਵੱਡੇ ਦੇ ਵੱਲ ਵੇਖਿਆ, ਕਹਿੰਦਾ ਵੀ ਇਹ ਸਾਨੂੰ ਕਿਉਂ ਖਤਮ ਕਰ ਰਹੇ ਨੇ। ਇਹ ਅੱਲਾ ਯਾਰ ਖਾਂ ਜੋਗੀ ਦੇ ਬੋਲ ਨੇ ਵੀ ਲੋਕ ਤਾਂ ਸੌ ਸੌ ਸਾਲ ਉਮਰ ਭੋਗ ਕੇ ਜਾਂਦੇ ਨੇ, ਸਾਡੀ ਕੋਈ ਉਮਰ ਆ ਦੁਨੀਆਂ ਤੋਂ ਜਾਣ ਦੀ? ਮੇਰੀ ਸੱਤ ਹੈ, ਤੇਰੀ ਨੌ ਹੈ, ਕਿਉਂ ਖਤਮ ਕਰ ਰਹੇ ਨੇ? ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਫਤਿਹ ਸਿੰਘ ਮੇਰੇ ਛੋਟੇ ਵੀਰੇ, ਆਪਾਂ ਨੂੰ ਛੱਡ ਸਕਦੇ ਆ, ਪਰ ਇੱਕ ਕੰਮ ਕਰਨਾ ਪੈਣਾ। ਉਹਦਾ ਉਹ ਕੀ? ਆਪਾਂ ਨੂੰ ਇਸਲਾਮ ਕਬੂਲ ਕਰਨਾ ਪੈਣਾ, ਇਹਨਾਂ ਦੀ ਗੱਲ ਮੰਨਣੀ ਪੈਣੀ। ਛੋਟੇ ਨੇ ਕਿਉਂ ਜਵਾਬ ਦਿੱਤਾ ਕਿ ਇਸਲਾਮ ਕਬੂਲ ਕਰਨ ਤੋਂ ਬਾਅਦ ਮੌਤ ਨਹੀਂ ਆਉਂਦੀ? ਤੇ ਵੱਡੇ ਨੇ ਆਖਿਆ ਮੌਤ ਤੇ ਫੇਰ ਵੀ ਆਉਣੀ ਹੈ। ਹੁਣ ਸਵਾਲ ਜਵਾਬ ਹੈ, ਉਹਦੀ ਕਾਬ ਉਡਾਰੀ ਹੈ, ਜ਼ਰੂਰੀ ਨਹੀਂ ਏਦਾਂ ਸਾਰੇ ਸ਼ਬਦ ਉੱਥੇ ਬੋਲੇ ਗਏ ਹੋਣਗੇ, ਪਰ ਜਿਹੜਾ ਰਾਈਟਰ ਹੁੰਦਾ, ਜਿਹੜਾ ਕਵੀ ਹੁੰਦਾ, ਉਹਨਾਂ ਘਟਨਾਵਾਂ 'ਚ ਜਾਣ ਪਾਉਂਦਾ ਆਮ ਲੋਕਾਈ ਨੂੰ ਸਿੱਖਿਆ ਦੇਣ ਲਈ। ਕਹਿੰਦਾ ਬਾਬਾ ਫਤਿਹ ਸਿੰਘ ਨੇ ਪੁੱਛਿਆ, ਕਹਿਣ ਲੱਗੇ ਜੇ ਆਪਾਂ ਇਸਲਾਮ ਕਬੂਲ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਮੌਤ ਨਹੀਂ ਆਉਂਦੀ? ਤੇ ਜ਼ੋਰਾਵਰ ਸਿੰਘ ਨੇ ਕਿਹਾ ਮੌਤ ਤੇ ਫੇਰ ਵੀ ਆਉਣੀ ਹੈ। ਤੇ ਫਿਰ ਅੱਗੇ ਫਤਿਹ ਸਿੰਘ ਦਾ ਮਨ ਲਾ, ਮੇਰੇ ਵੱਡੇ ਭਰਾ ਜ਼ੋਰਾਵਰ ਸਿੰਘ, ਮਨ ਲਾ ਆਪਣੀ 100 ਸਾਲ ਉਮਰ ਹੋ ਜਾਂਦੀ ਹੈ,
ਮੇਰੀ ਸੱਤ ਵਾ, ਮੇਰੀ 93 ਸਾਲ ਹੋਰ ਹੋਜੂ, ਤੇਰੀ 9 ਆ, ਤੇਰੀ 91 ਸਾਲ ਹੋਰ ਹੋਜੂ। ਪਰ ਜੇ ਅੱਜ ਆਪਾਂ ਇਹਨਾਂ ਦੀ ਗੱਲ ਮੰਨ ਕੇ ਇਸਲਾਮ ਕਬੂਲ ਕਰ ਲਿਆ, ਜਿਹੜੀ 93 ਤੇ 91 ਸਾਲ ਆਪਾਂ ਬਾਅਦ ਵਿੱਚ ਗੁਜ਼ਾਰਾਂਗੇ ਨਾ, ਇਹ ਸਿਰ ਉੱਚਾ ਚੁੱਕ ਕੇ ਨਹੀਂ ਆਪਾਂ ਗੁਜ਼ਾਰ ਸਕਦੇ। ਆਪਾਂ ਨੂੰ ਸਿਰ ਸੁੱਟ ਕੇ ਤੇ ਇਹਨਾਂ ਦੇ ਅੱਗੇ ਯਕੀਨ ਮੰਨ ਕੇ ਜ਼ਿੰਦਗੀ ਗੁਜ਼ਾਰਨੀ ਪੈਣੀ। ਫਿਰ ਇਹਦੇ ਨਾਲ ਇਹ 7 ਤੇ 9 ਸਾਲ ਦੀ ਜਿਹੜੀ ਉਮਰ ਆ, ਸਿਰ ਉੱਚਾ ਚੁੱਕ ਕੇ ਬਤੀਤ ਕਰਨੀ ਆਪਾਂ ਜਿੰਨੀ ਹੈਗੀ। ਉੱਥੇ ਸ਼ਬਦ ਵਰਤੇ ਕਿ 7 ਸਾਲ, ਸਦ ਕਹਿੰਦੇ 100 ਨੂੰ, 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ, ਸਰ ਕੌਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ। ਜੇ ਅੱਜ ਸਿਰ ਕੌਮ ਤੋਂ ਬਚਾ ਲਿਆ ਤੇ ਇਹ ਅਣਖ ਤੇ ਗੈਰਤ ਵਾਲੀ ਗੱਲ ਨਹੀਂ ਹੋਈ। ਅੱਜ ਸਾਡੇ ਕੋਲੋਂ ਕੋਈ ਸਿਰ ਤੇ ਨਹੀਂ ਮੰਗ ਰਿਹਾ। ਜਦੋਂ ਸਾਡੇ ਕਦੀ ਸਿਰਾਂ ਦੇ ਮੁੱਲ ਪੈਂਦੇ ਸੀ, ਉਦੋਂ ਸਿੱਖ ਨੇ ਨਾ ਕੇਸ ਕਟਾਏ, ਨਾ ਸਿੱਖ ਨੇ ਆਪਣਾ ਗੁਰੂ ਛੱਡ ਕੇ ਪਾਸੇ ਜਾ ਕੇ ਸਿਰ। ਅੱਜ ਤੁਹਾਨੂੰ ਚੰਗੇ ਪੜੇ ਸਿੱਖ ਆਪਣੇ ਗੁਰੂ ਦਾ ਦਰ ਛੱਡ ਕੇ ਪਾਸੇ ਸਿਰ ਝੁਕਾਉਂਦੇ ਨਜ਼ਰ ਆਉਣਗੇ, ਚੰਗੇ ਪਖੰਡ ਕਰਦੇ ਆ, ਕਰਮ ਕਾਂਡ ਕਰਦੇ ਆ ਨਜ਼ਰ ਆਉਣਗੇ ਤੁਹਾਨੂੰ। ਉੱਥੇ ਸ਼ਬਦ ਵਰਤੇ ਕਹਿੰਦੇ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ 100 ਸਾਲ ਉਮਰ ਭੋਗ ਕੇ ਵੀ ਜੇ ਦੁਨੀਆਂ ਤੋਂ ਜਾਣਾ ਤੇ ਫਿਰ ਅੱਜ ਅਣਖ ਤੇ ਗੈਰਤ ਵਾਲਾ ਜੀਵਨ ਸਾਨੂੰ ਪਸੰਦ ਹੈ, ਭਾਵੇਂ 7 ਤੇ 9 ਸਾਲ ਦੀ ਉਮਰ ਹੀ ਹੈ। ਸਾਡੇ 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ, ਸਰ ਕੌਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ। ਸ਼ਬਦ ਉੱਥੇ ਵਰਤੇ ਸਿੱਖੀ ਕੀ ਨੀਂਵ ਹਮ ਹੈ ਸਰੋਂ ਪੇ ਉਠਾ ਚੱਲੇ। ਜਦੋਂ ਕੋਈ ਘਰ ਬਣਦਾ ਤੇ ਉਹਦੀ ਨੀਂਹ ਵੇਖੀ ਜਾਂਦੀ ਹੈ, ਜੇ ਨੀਂਹ ਪੱਕੀ ਹੋਵੇ ਤੇ ਫਿਰ ਉਹਦੇ ਤੇ ਘਰ ਉਸਾਰਿਆ ਜਾਂਦਾ, ਉਹਦੇ ਤੇ ਫਿਰ ਬਿਲਡਿੰਗ ਬਣਾਈ ਜਾਂਦੀ ਹੈ। ਕਹਿੰਦੇ ਆਪਾਂ ਦੋਵੇਂ ਜਾਣੇ ਸਿੱਖੀ ਦੀ ਨੀਂਹ ਵਾ, ਕਿੰਨਾ ਮਾਣ ਹੈ ਜੀ। ਸਿੱਖੀ ਕੀ ਨੀਂਵ ਹਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚੱਲੇ, ਸਿੱਖੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤਾਜੋ ਤਖਤ ਬਸਾ ਕੌਮ ਪਾਏਗੀ, ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤਕ ਮਿਟਾਏਗੀ। ਸਲਤਨਤ ਕਾ ਪੌਦਾ, ਸਲਤਨਤ ਸ਼ਬਦ ਤਾਂ ਵਰਤੇ ਪਹਿਲੀ ਵਾਰ ਉਸੇ ਸਰਹੰਦ ਵਿੱਚ ਜਿੱਥੇ ਸਾਹਿਬਜ਼ਾਦੇ ਨੂੰ ਨੀਹਾਂ ਚੜਿਆ ਗਿਆ, ਸਿੱਖ ਰਾਜ ਦਾ ਨਿਸ਼ਾਨ ਵੀ ਉੱਥੇ ਝੂਲਿਆ ਪਹਿਲੀ ਵਾਰ। ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਚਲਾਇਆ। ਯਾਰ ਖਾਨ ਜਲਦੀ ਦੇ ਬੋਲ ਨੇ, ਉਹ ਕਹਿੰਦਾ ਜਿੱਥੇ ਉਹ ਸਾਹਿਬਜ਼ਾਦੇ ਨੀਹਾਂ ਚੜਿਆ ਗਿਆ, ਜਿੱਥੇ ਸ਼ਹੀਦ ਕੀਤਾ ਗਿਆ ਸਾਹਿਬਜ਼ਾਦੇ, ਉਸੇ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰ ਸਿੱਖ ਰਾਜ ਦਾ ਨਿਸ਼ਾਨ ਚਲਾ ਕੇ ਦੁਨੀਆਂ ਨੂੰ ਦੱਸ ਦਿੱਤਾ, ਫਿਰ ਰਾਜ ਕਰਨ ਦੇ ਤਰੀਕੇ ਦੱਸੇ। ਹਰ ਮਜ਼ਹਬ ਦਾ ਬੰਦਾ ਉਹਨਾਂ ਦੇ ਰਾਜ ਭਾਗ ਵਿੱਚ ਨੂੰ ਇੱਕ ਬੇਨਤੀ ਹੋਰ ਕਰਾਂ ਸਾਸਕ, ਕਦੀ ਅਸੀਂ ਆਪਣੀ ਹਿਸਟਰੀ ਪੜ੍ਹ ਕੇ ਵੇਖੋ, ਆ ਜਿਹੜਾ ਪੰਜਾਬੀ ਦਾ ਕਹਿਤਾ ਨਾ ਊੜਾ ਊਠ ਈਡੀਏਟ ਸੱਸਾ ਸੱਲੇ, ਏਦਾਂ ਪੜ੍ਹਦੇ ਆਪਾਂ, ਜਿਹੜਾ ਅੱਜ ਪੰਜਾਬੀ ਦਾ ਕਹਿਤਾ ਹੈ ਨਾ, ਪੰਜਾਬੀ ਦਾ ਕਹਿਤਾ ਅਸਲੀ ਨਹੀਂ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜਾ ਅਸਲੀ ਪੰਜਾਬੀ ਦਾ ਕਹਿਤਾ ਸੀ, ਉਹਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ। ਇਸ ਪੰਜਾਬੀ ਦੇ ਕਹਿਤੇ ਵਿੱਚ ਨਾਣਾ ਖਾਲੀ ਹੈ। ਜਿਹੜਾ ਸ਼ੇਰੇ ਪੰਜਾਬ, ਜਿਹਨੂੰ ਲੋਕ ਸ਼ੇਰੇ ਪੰਜਾਬ ਨੂੰ ਅਨਪੜ੍ਹ ਕਹਿੰਦੇ ਆ ਨਾ, ਉਹ ਏਡਾ ਵਧੀਆ ਰਾਜਾ ਸੀ, ਉਹਨੇ ਐਜੂਕੇਸ਼ਨ ਦਾ ਸਿਸਟਮ ਇਹ ਬਣਾਇਆ ਸੀ, ਉਹਨੇ ਜਿਹੜਾ ਪੰਜਾਬੀ ਦਾ ਕਹਿਤਾ ਤਿਆਰ ਕਰਾਇਆ ਸੀ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਸੀ। ਉਹ ਚ ਨਾਣਾ ਖਾਲੀ ਨਹੀਂ ਸੀ, ਉਹ ਚ ਨਾਣਾ ਰਾਣ ਸੀ, ਰਾਰਾ ਨਾਣਾ ਰਾਣ, ਰਣ ਮੀਨ ਮੈਦਾਨ। ਜਿਹੜਾ ਪੰਜਾਬੀ ਦਾ ਕਹਿਤਾ ਪੜ ਜਾਂਦਾ ਸੀ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹਨੀ ਆਉਂਦੀ ਸੀ। ਅੰਗਰੇਜ਼ ਦਾ ਸਭ ਤੋਂ ਵੱਧ ਜ਼ੋਰ ਲੱਗਾ ਜਦੋਂ ਉਹ 1911 ਤੱਕ ਕਲਕੱਤਾ ਰਾਜਧਾਨੀ ਸੀ ਦੇਸ਼ ਦੀ, ਭਾਰਤ ਦੇਸ਼ ਦੀ, ਜਿਹਨਾਂ ਨੇ ਹਿਸਟਰੀ ਪੜ੍ਹੀ ਹੈ। ਉਸ ਤੋਂ ਬਾਅਦ ਜਦੋਂ ਦਿੱਲੀ ਰਾਜਧਾਨੀ ਬਣਦੀ ਹੈ, ਆਪਣੇ ਆ ਸੈੱਲ ਫੋਨ ਸੈਲਨ ਮੋਡ ਤੇ ਕਰ ਲਓ ਸਾਹਿਬ ਜੀ, ਰਿੰਗਾਂ ਵੱਜੀ ਜਾਂਦੀਆਂ ਨੇ, ਚੰਗਾ ਨਹੀਂ ਲੱਗਦਾ, ਬਾਰ ਬਾਰ ਬਿਰਤੀ ਉੱਖੜਦੀ ਹੈ। ਆਪਾਂ ਜਿੰਨਾ ਸਮਾਂ ਗੁਰੂ ਦੀ ਗੋਦ ਚ ਬਹਿਣਾ,
ਆਪਣੇ ਮੋਬਾਈਲ ਫੋਨ ਜਦੋਂ ਜੋੜਾ ਉਤਾਰ ਕੇ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਨਾ, ਉਦੋਂ ਹੀ ਆਪਣੇ ਮੋਬਾਈਲ ਦੀ ਰਿੰਗ ਜਿਹੜੀ ਆ ਉਹਨੂੰ ਬੰਦ ਕਰ ਦਿਆ। ਚੰਗਿਆ ਵੈਸੇ ਚੰਗਾ ਨਹੀਂ ਲੱਗਦਾ ਗੁਰਦੁਆਰੇ ਦੇ ਹਦੂਦ ਅੰਦਰ ਜਦੋਂ ਮੋਬਾਈਲ ਦੀ ਰਿੰਗ ਵੱਜਦੀ ਉਸ ਚੰਗਾ ਵੀ ਨਹੀਂ ਲੱਗਦਾ। ਹੁਣ ਮੇਰੇ ਕੋਲ ਮੋਬਾਈਲ ਨਹੀਂ, ਭਾਵੇਂ ਆਪਾਂ 3 ਘੰਟੇ ਅੰਦਰ ਬੈਠੇ ਰਹੀਏ, ਥੋੜ੍ਹਾ ਜਿਹਾ ਇਸ ਤੋਂ ਬਿਨਾਂ ਵੀ ਆਪਾਂ ਨੂੰ ਆਦਤ ਪਾਉਣੀ ਚਾਹੀਦੀ ਹੈ। ਇਹਨਾਂ ਨੇ ਸੱਚ ਜਾਣੇ, ਇਹਨਾਂ ਨੇ ਨਾ ਮਨੁੱਖ ਨੂੰ ਰੋਟੀ ਖਾਣ ਜੋਗਾ ਛੱਡਿਆ, ਨਾ ਕਿਸੇ ਦੇ ਕੋਲ ਬਹਿਣ ਜੋਗਾ ਛੱਡਿਆ। ਇਹ ਚੀਜ਼ਾਂ ਸਾਡੇ ਸੁੱਖ ਲਈ ਬਣੀਆਂ ਸੀ, ਪਰ ਬਹੁਤੀਆਂ ਟੈਨਸ਼ਨਾਂ ਦੇ ਕਾਰਨ ਇਹ ਚੀਜ਼ਾਂ ਸਾਡੀਆਂ ਅੱਜ ਬਣ ਗਈਆਂ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣੋ। ਸ਼ੇਰੇ ਪੰਜਾਬ ਮਹਾਰਾਜ ਜੀਤ ਸਿੰਘ ਵਕਤ ਅੰਗਰੇਜ਼ ਨੇ ਪੂਰੇ ਭਾਰਤ ਨੂੰ ਆਪਣੇ ਜਦੋਂ ਅਧੀਨ ਕੀਤਾ, ਸਭ ਤੋਂ ਵੱਧ ਜ਼ੋਰ ਉਹਦਾ ਪੰਜਾਬ ਤੇ ਲੱਗਾ ਸੀ। ਪੰਜਾਬ ਮੈਨੂੰ ਤਾਂ ਸਾਰੀ ਰਿਆਸਤ ਪੰਜਾਬ ਸੀ, ਹਰਿਆਣਾ ਬਹੁਤ ਹਰਿਆਣਾ, ਇਹ ਸਾਰਾ ਪੰਜਾਬ ਦਾ ਹਿੱਸਾ ਸੀ। ਕਿਉਂ ਲੱਗਾ? ਕਾਰਨ ਲੱਭੋ ਤੁਸੀਂ। ਕਿਉਂ ਲੱਗਾ? ਕਿਉਂਕਿ ਉਹਨੇ ਸਰਵੇ ਕਰਾਇਆ ਸੀ ਕਿ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਉਹਨੂੰ ਆਪਣੇ ਗੁਰੂ ਬਾਰੇ, ਆਪਣੇ ਇਸ਼ਟ ਬਾਰੇ, ਆਪਣੇ ਗ੍ਰੰਥ ਬਾਰੇ ਨੌਲੇਜ ਹੈ, ਤੇ ਉਹ ਨੌਲੇਜ ਦੇਣ ਵਾਲਾ ਉਹਨਾਂ ਦਾ ਐਜੂਕੇਸ਼ਨ ਪੱਖ ਸਿਸਟਮ ਇੰਨਾ ਮਜ਼ਬੂਤ ਹੈ। ਫਿਰ ਵੇਖਿਆ ਗਿਆ ਅੰਗਰੇਜ਼ ਜਦੋਂ 1845 ਵਿੱਚ ਸ਼ੇਰੇ ਪੰਜਾਬ ਆਖਰੀ ਸਾਹ ਲੈਂਦੇ ਨੇ, 1847 ਵਿੱਚ, 49 ਵਿੱਚ, 49 ਸਭਰਾਵਾਂ ਦੀ ਅਖੀਰਲੀ ਜੰਗ ਹੁੰਦੀ ਹੈ ਜਿੱਥੇ ਅੰਗਰੇਜ਼ ਪੰਜਾਬ ਵਿੱਚ ਕਾਬਜ਼ ਹੋ ਜਾਂਦਾ ਹੈ। ਉਹਨੇ ਫਿਰ ਕਿਹਾ ਵੀ ਜਿਹਦੇ ਘਰ ਹਥਿਆਰ ਹੈਗਾ ਉਹਨੂੰ ਪੈਸੇ ਘੱਟ, ਤੇ ਜਿਹਦੇ ਕੋਲ ਘਰ ਚ ਪੰਜਾਬੀ ਦਾ ਕਹਿਤਾ ਉਹਨੂੰ ਪੈਸੇ ਜ਼ਿਆਦਾ ਦਿੱਤੇ ਜਾਂਦੇ ਸੀ, ਕਿਉਂਕਿ ਪੰਜਾਬੀ ਦਾ ਕਹਿਤਾ ਉਹਨਾਂ ਕੋਲ ਲੈਣਾ ਜੋ ਸੀ। ਤੇ ਲਾਲਚ ਦੀ ਕੋਈ ਸੀਮਾ ਥੋੜਾ ਹੁੰਦੀ, ਲਾਲਚੀ ਬੰਦੇ ਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ, ਤੇ ਜਦੋਂ ਲਾਲਚ ਤੁਹਾਡੇ ਹੱਡਾਂ ਚ ਵੱਜਦਾ ਹੈ ਨਾ, ਜਦੋਂ ਤੁਹਾਡੇ ਬ੍ਰੇਨ ਚ ਲਾਲਚ ਪ੍ਰਭਾਵ ਪਾਉਂਦਾ, ਤੇ ਲੋਕ ਪੁੱਤਾਂ ਧੀਆਂ ਦੇ ਰਿਸ਼ਤੇ ਹੋਣ ਤੋਂ ਬਾਅਦ ਵੀ ਲਾਲਚ ਵੱਸ ਹੋ ਕੇ ਕਈ ਕਈ ਥਾਵਾਂ ਤੇ ਆਪਣੇ ਬੱਚਿਆਂ ਦੇ ਰਿਸ਼ਤੇ ਕਰ ਦਿੰਦੇ ਨੇ ਵੀ ਇੱਥੋਂ ਦਾਜ ਵੱਧ ਮਿਲਣਾ ਹੈ, ਇਹਨਾਂ ਦਾਜ ਘੱਟ ਦੇਣਾ, ਆਹ ਘਰ ਥੋੜਾ ਜਿਹਾ ਵੱਡਾ। ਲਾਲਚੀ ਬੰਦੇ ਦਾ ਕੋਈ ਦੀਨ ਮਜ਼ਬੂਤ ਥੋੜਾ ਹੁੰਦਾ। ਪੈਸੇ ਕਰਕੇ ਉਹਨਾਂ ਲੋਕਾਂ ਨੇ ਪੰਜਾਬੀ ਦੇ ਕਹਿਤੇ ਅੰਗਰੇਜ਼ਾਂ ਦੇ ਹਵਾਲੇ ਕਰਤੇ, ਉਹਨਾਂ ਨੇ ਉਹ ਫਿਰ ਪੰਜਾਬੀ ਦੇ ਕਹਿਤੇ ਆਪ ਸਟੱਡੀ ਕੀਤੀ। ਦੂਜੀ ਗੱਲ, ਉਹਨਾਂ ਨੇ ਅੱਗ ਵਿੱਚ ਸਾੜੇ, ਅੱਜ ਵੀ ਹੈਗੇ ਪੰਜਾਬੀ ਦੇ ਕਹਿਤੇ ਜਿਹਨਾਂ ਨੂੰ ਚਾਹੀਦੇ, ਹੁਣ ਤਾਂ ਉਹ ਦੁਬਾਰਾ ਛਪਣੇ ਸ਼ੁਰੂ ਹੋ ਗਏ ਨੇ। ਤੁਸੀਂ ਉਹ ਪੰਜਾਬੀ ਦਾ ਕਹਿਤਾ ਪੜ੍ਹ ਕੇ ਵੇਖਿਓ, ਡਾਕਟਰ ਸਾਹਿਬ ਨੇ ਉੱਥੇ ਲੁਧਿਆਣੇ ਉਹਨਾਂ ਨੇ ਬੜੀ ਸੇਵਾ ਕੀਤੀ, ਵਿਦੇਸ਼ਾਂ ਤੱਕ ਉਹਨਾਂ ਪੰਜਾਬੀ ਦੇ ਕਹਿਤੇ ਭੇਜੇ ਨੇ। ਤੁਸੀਂ ਉਹ ਪੰਜਾਬੀ ਦਾ ਕਹਿਤਾ ਪੜ੍ਹ ਲਓਗੇ, ਤੁਹਾਨੂੰ ਤੁਸੀਂ ਇੰਝ ਮਹਿਸੂਸ ਕਰੋਗੇ ਵੀ ਗੁਰਬਾਣੀ ਵੀ ਨਾਲ ਤੁਹਾਨੂੰ ਪੜ੍ਹਨੀ ਆਉਣੀ। ਉਹ ਪੰਜਾਬੀ ਦੇ ਕਹਿਤੇ ਦੇ ਜਿਹੜੇ ਅੱਖਰ ਵਾ ਤੁਹਾਨੂੰ ਗੁਰਬਾਣੀ ਦਾ ਨਾਲ ਗਿਆਨ ਦਿੰਦੇ ਆ, ਨਾਲ ਆਪਣਾ ਗੁਰਬਾਣੀ ਵਿਚਾਰ ਦੀ ਸਮਝ ਆਉਂਦੀ ਸੀ ਮਨੁੱਖ ਨੂੰ, ਨਾਲ ਨਾਲ ਜਿਹੜਾ ਪੰਜਾਬੀ ਦਾ ਕਹਿਤਾ ਪੜ੍ਹ ਲੈਂਦਾ ਸੀ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਵੀ ਨਾਲ ਹਾਸਲ ਕਰ ਲੈਂਦਾ ਸੀ। ਅੱਜ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੋਂ ਉਹਾਂ ਦੂਰ ਚਲੇ ਗਏ। ਇਹੋ ਵਜ੍ਹਾ ਸੀ ਜੇ ਜਹੂਦੀਆਂ ਨੂੰ ਚੈਂਬਰਾਂ ਚ ਪਾ ਪਾ ਕੇ ਸਾਡੇ ਅਗਲਿਆਂ ਨੇ ਐਜੂਕੇਸ਼ਨ ਦਾ ਪੱਖ ਏਡਾ ਮਜ਼ਬੂਤ ਕੀਤਾ ਜੋ ਦੁਨੀਆਂ ਨੂੰ ਚਲਾ ਰਹੇ ਨੇ। ਇੱਧਰ ਗੁਰੂ ਅੰਗਦ ਸਾਹਿਬ ਛੋਟੇ ਛੋਟੇ ਬੱਚਿਆਂ ਨੂੰ ਕਲਾਸ ਲਾ ਕੇ ਬੈਠੇ ਨੇ, ਨਤੀਜਾ ਤੁਹਾਡੇ ਸਾਹਮਣੇ ਆ। ਜੇ ਗੁਰੂ ਅੰਗਦ ਸਾਹਿਬ ਵੇਲੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ ਅੱਜ ਭਰੇ ਦਰਬਾਰ ਵਿੱਚ ਬਾਬਾ ਫਤਿਹ ਸਿੰਘ ਜੀ ਸੂਬੇ ਸਰਾਂ ਦੀ ਕਚਹਿਰੀ ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਨੇ। ਸਿਹਰਾ ਜਾਂਦਾ ਸਾਡੇ ਗੁਰੂ ਨੇ ਜਿਹਨੇ ਸ਼ੁਰੂ ਤੋਂ ਨੀਹਾਂ ਪੱਕੀਆਂ ਕਰਕੇ ਵਿਖਾ ਦਿੱਤਾ। ਅੱਜ 60-70 ਸਾਲ ਦਾ ਬੰਦਾ ਵੀ ਕਿਸੇ ਭੇਖੀ ਬਾਬੇ ਦੇ ਪੈਰਾਂ ਵਿੱਚ ਬੈਠਾ ਹੁੰਦਾ, ਆਪਣਾ ਭਵਿੱਖ ਪੁੱਛ ਰਿਹਾ ਹੁੰਦਾ ਜੀ ਮੇਰੀ ਦੁਕਾਨ ਨਹੀਂ ਚੱਲਦੀ। ਕੋਈ ਗਾਇਕ ਕਿਸੇ ਬਾਬੇ ਦੇ ਪੈਰਾਂ 'ਚ ਬੈਠਾ ਹੁੰਦਾ, ਕੋਈ ਬਿਜ਼ਨਸਮੈਨ ਬੈਠਾ ਹੁੰਦਾ, ਕੋਈ ਕਾਰੋਬਾਰੀ ਬੈਠਾ ਹੁੰਦਾ, ਜਾ ਕੇ ਕੋਈ ਕਿਸੇ ਜਗ੍ਹਾ ਤੇ ਜਾ ਕੇ ਸਿਰ ਝੁਕਾ ਰਿਹਾ, ਕੋਈ ਕਿਸੇ ਜਗ੍ਹਾ ਤੇ ਜਾ ਕੇ ਸਿਰ ਝੁਕਾ ਰਿਹਾ। ਕਿਉਂ? ਜਦੋਂ ਪੱਤਾ ਦਰਖਤ ਨਾਲੋਂ ਟੁੱਟ ਜਾਏ ਨਾ, ਸਭ ਤੋਂ ਪਹਿਲਾਂ ਉਹਦੇ ਰੰਗ ਤੇ ਫਰਕ ਪੈਂਦਾ। ਜਦੋਂ ਪੱਤਾ ਦਰਖਤ ਨਾਲੋਂ ਟੁੱਟਦਾ ਨਾ, ਟੁੱਟਣ ਦੀ ਦੇਰ ਇੱਕ, ਤੇ ਜਦੋਂ ਉਹਨੇ ਜ਼ਮੀਨ ਤੇ ਡਿੱਗਣਾ, ਸ਼ਾਮ ਤੱਕ ਉਹਦਾ ਰੰਗ ਚੇਂਜ ਹੋਣਾ ਸ਼ੁਰੂ ਹੋ ਜਾਣਾ। ਇੱਕ ਬੰਨੇ ਉਹਨੇ ਸੁੱਕਣਾ ਸ਼ੁਰੂ ਹੋ ਜਾਣਾ, ਕੱਲ ਹੋਰ, ਅੱਜ ਹੋਰ, ਹੌਲੀ ਹੌਲੀ
ਫਿਰ ਜਦੋਂ ਹਵਾ ਵਗਣੀ ਆ ਨਾ ਉਸ ਪੱਤੇ ਨੂੰ ਹਵਾ ਨੇ ਉਡਾ ਕੇ ਲੈ ਜਾਣਾ। ਝੱਖੜ ਨੇ ਉਸ ਪੱਤੇ ਦੇ ਕਈ ਕਈ ਕੋਹ ਤੱਕ ਪੈਰ ਨੀ ਜ਼ਮੀਨ ਤੇ ਲਗਾ ਲਏ। ਪੱਤੇ ਵੇਖਿਆ ਹਨੇਰੀਆਂ ਚ ਕਿੱਦਾਂ ਤਾਂ ਉੜਦੇ ਫਿਰਦੇ, ਪਰ ਜਿਹੜੇ ਦਰਖਤਾਂ ਦੇ ਨਾਲ ਪੱਤੇ ਹੁੰਦੇ ਨੇ ਹਿੱਲਦੇ ਉਹ ਵੀ ਆ, ਪਰ ਉਹ ਨਜ਼ਾਰੇ ਲੈਂਦੇ ਆ। ਉਹ ਕਹਿੰਦੇ ਧੁਰੇ ਨਾਲ ਜੁੜੇ ਆ ਨਾ, ਝੱਖੜ ਸਾਨੂੰ ਸੁਕਾ ਨੀ ਸਕਦਾ। ਗੱਲ ਪੱਤੇ ਦੀ ਨੀ ਸਾਹ ਸੰਗਤ ਜੀ, ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਆ ਜਿਹੜੀ ਦਲੀਲ ਮੈਂ ਦਿੱਤੀ ਹੈ ਨਾ, ਕੋਲੋਂ ਨੀ ਦਿੱਤੀ, ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਪੱਤਰ ਪੁਰਜੇਨ ਝੜੀਆਂ ਨੈ ਜੜੀਆਂ ਪੇੜ ਸਭ ਸਿੱਖ ਇੰਨਾ ਇੰਟੈਲੀਜੈਂਟ ਹੋਣਾ ਚਾਹੀਦਾ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਨਾ, ਵੀ ਜਿਹੜਾ ਗੁਰੂ ਦਾ ਸਿੱਖ ਵਾ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ। ਅੰਦਰੋਂ ਸਿਆਣਾ ਗੁਰ ਸਿੱਖੀ, ਗੁਰ ਸਿੱਖ ਸੋਹਣਾ ਅੰਦਰੋਂ ਸਿਆਣਾ ਬਾਹਰੋਂ ਪਰੋਂ। ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਸੁਣ ਕੇ ਇੰਨਾ ਕੁ ਸਿਆਣਾ ਹੋਵੇ ਬਾਹਰੋਂ ਵੇਖਣ ਲੱਗੇ ਇਹਨੂੰ ਕੱਖ ਨੀ ਪਤਾ। ਜਿਵੇਂ ਘਾਈ ਬਾਰੇ ਭੁਲੇਖਾ ਖਾ ਗਿਆ ਅਸੀਂ ਜਾਂ ਗਰੀਬ, ਇਹਨੂੰ ਕੱਖ ਨੀ ਪਤਾ। ਉਹ ਤੰਬੂ ਦੇ ਬਾਹਰ ਖਲੋਤਾ ਭੁਲੇਖਾ ਖਾ ਗਿਆ ਵੀ ਇਹਨੂੰ ਕੀ ਪਤਾ, ਇਹਨੂੰ ਤਾਂ ਭਾਵੇਂ ਜਾਂ ਗਰੀਬ ਦੇ ਤੰਬੂ ਚ ਵੜਦੇ ਹੋਏ ਨੇ, ਉੱਥੇ ਘਾ ਵੀ ਪੰਜ ਟਕਾ ਰੱਖ ਕੇ ਮੋੜਾਉਣਾ। ਉਹ ਵੇਖਣ ਨੂੰ ਬਾਹਰੋਂ ਭਾਈ ਲੱਗਦਾ ਸੀ, ਤੇ ਜਦੋਂ ਜਾਂ ਗਰੀਬ ਨੇ ਸਵਾਲ ਕੀਤਾ ਵੀ ਜੇ ਮੈਂ ਤੇਰਾ ਸੱਚੇ ਪਾਤਸ਼ਾਹ ਨਾ ਹੋਵਾਂ, ਕਹਿੰਦਾ ਫਿਰ ਮੈਂ ਘਾ ਵੀ ਪੰਜ ਟਕਾ ਚੱਕ ਲਵਾਂਗਾ। ਇਹ ਹੈ ਹੀ ਮੇਰੇ ਸੱਚੇ ਪਾਤਸ਼ਾਹ ਵਾਸਤੇ, ਘਾ ਉਹਨਾਂ ਦੇ ਘੋੜਿਆਂ ਵਾਸਤੇ, ਟਕਾ ਉਹਨਾਂ ਦੇ ਪ੍ਰਚਾਰ ਫੰਡ ਵਾਸਤੇ ਆ। ਉਹਦਾ ਤੈਨੂੰ ਪਤਾ ਮੈਂ ਕੌਣ ਆ, ਮੈਂ ਦੇਸ਼ ਦਾ ਬਾਦਸ਼ਾਹ। ਬਾਹਰੋਂ ਵੇਖਣ ਨੂੰ ਘਾਈ ਲੱਗਦਾ ਸੀ, ਪਰ ਸਿੱਖ ਅੰਦਰੋਂ ਕਿੰਨਾ ਸਿਆਣਾ ਸੀ। ਅੱਜ ਬਾਹਰੋਂ ਵੇਖਣ ਨੂੰ ਸਿਆਣੇ ਲੱਗਦੇ ਆ, ਅੰਦਰ ਸਿਆਣਾ ਪੈ ਨਹੀਂ। ਤਾਂ ਹੀ ਉਹ ਤੇ ਆਰ ਐਸ ਐਸ ਵਾਲੇ ਬੜਕਾਂ ਕਿਉਂ ਮਾਰਦੇ ਆ ਜੀ, ਕਦੀ ਨੋਟ ਕਰਕੇ ਵੇਖਿਆ ਅਗਲੇ ਕਿਉਂ ਬੜਕਾਂ ਮਾਰਦੇ ਉਹਨਾਂ ਨੇ? ਕਿੰਨਿਆਂ ਲੋਕਾਂ ਨੂੰ ਸਰਦਾਰ ਕੁਲਵੀਰ ਸਿੰਘ ਕੌੜੇ ਦੀ ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ, ਹਰ ਸਿੱਖ ਦੇ ਘਰ ਚਾਹੀਦੀ ਹੈਗੀ ਹੈ ਜੀ, ਨਹੀਂ ਹੈਗੀ ਤੇ ਲੈ ਕੇ ਜਾਣ ਰੱਖੋ ਘਰਾਂ ਚ। ਕਿਤਾਬ ਦਾ ਕੀ ਨਾਮ ਹੈ ਜੀ? ਸਾਰੇ ਬੋਲੋ ਕਿਤਾਬ ਦਾ ਨਾਮ, ਤੇ ਸਿੱਖ ਵੀ, ਉੱਚੀ ਬੋਲੋ ਇੱਕ ਵਾਰ, ਤੇ ਇਹ ਹਾਈਡਨ ਕਿਉਂ ਰੱਖਿਆ? ਤੇ ਸਿੱਖ ਵੀ ਨਿਕਲਿਆ ਗਿਆ ਦਾ ਅਰਥ ਆ, ਉਹ ਕਿਤਾਬ ਪੜ੍ਹਿਓ ਇੱਕ ਵਾਰ, ਉਹ ਚ ਲਿਖਿਆ ਉਹਨਾਂ ਨੇ। ਮੈਂ ਸੋਚਿਆ ਸੀ ਦੂਜੇ ਮਤ ਨਿਕਲੇ ਗਏ ਆ, ਦੂਜੇ ਮਤ ਨਿਕਲੇ ਗਏ ਆ। ਜਦੋਂ ਮੈਂ ਸਟੱਡੀ ਕੀਤੀ, ਸਰਦਾਰ ਕੁਲਵੀਰ ਸਿੰਘ ਕੌੜਾ ਐਸ ਜੀ ਪੀ ਸੀ ਮੈਂਬਰ ਰਹੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਮੈਂਬਰ ਰਹੇ ਆ। ਉਹਨਾਂ ਨੇ ਉਹ ਕਿਤਾਬ ਜਦੋਂ ਲਿਖੀ ਤੇ ਉਸ ਕਿਤਾਬ ਨੂੰ ਪੜ੍ਹਨਾ, ਵੈਸੇ ਮੈਂ ਇੱਕ ਬੇਨਤੀ ਕਰਦਾ, ਜਿਹਨੂੰ ਪੜ੍ਹਨ ਦਾ ਸ਼ੌਕ ਨਾ, ਤੁਸੀਂ ਇੱਕ ਵਾਰ ਕਿਤਾਬ ਪੜ੍ਹਨੀ ਸ਼ੁਰੂ ਕਰੋਗੇ, ਮੈਂ ਵਿਸ਼ਵਾਸ ਨਾਲ ਕਹਿੰਦਾ ਤੁਸੀਂ ਹਟੋਗੇ ਉਦੋਂ ਵੀ ਉਹ ਕਿਤਾਬ ਤੁਸੀਂ ਪੂਰੀ ਪੜ੍ਹ ਲਈ। ਇੰਨੀ ਰੌਚਕ ਹੈ, ਇੰਨੀ ਸੋਹਣੇ ਤਰੀਕੇ ਨਾਲ ਲਿਖੀ ਹੈ, ਹੋ ਸਕਦਾ ਤੁਹਾਨੂੰ ਚੇਟਕ ਲੱਗ ਜਾਏ ਕਿਤਾਬ ਪੜ੍ਹਨ ਦੀ। ਉਹ ਚ ਲਿਖਿਆ ਉਹਨਾਂ ਨੇ ਇੱਕ ਅਜਗਰ ਦੀ ਫੋਟੋ ਵਾਈ ਬਾਹਰ ਕਿਤਾਬ ਦੀ, ਮੂੰਹ ਢੱਡਿਆ ਉਹਦਾ ਤੇ ਗਾਤਰੇ ਵਾਲਾ ਸਿੱਖ ਅੱਧਾ ਉਹਦੇ ਮੂੰਹ ਚ ਤੁੰਨਿਆ। ਉਹਦਾ ਮਤਲਬ ਸੀ ਅਜਗਰ ਬਿੱਪਰ ਹੈ ਤੇ ਅਜਗਰ ਬਿੱਪਰ ਨੇ ਸਿੱਖ ਨੂੰ ਵੀ ਖਾ ਲਿਆ ਵਾ, ਸਿੱਖ ਵੀ ਖਾਧਾ ਗਿਆ। ਜਿਸ ਅਜਗਰ ਤੋਂ ਬਚਾਉਣ ਲਈ ਗੁਰੂ ਦੇ ਸਾਡੇ ਤੋਂ ਲਾਲ ਵਾਰੇ, ਜਿਸ ਅਜਗਰ ਤੋਂ ਬਚਾਉਣ ਲਈ ਗੁਰੂ ਨੇ ਤਤੀਆਂ ਤਨੀਆਂ ਤੇ ਬੈਠ ਕੇ ਸੀਸ ਤੇ ਤੱਤਾ ਰੇਤਾ ਪਵਾ ਲਿਆ, ਜਿਸ ਅਜਗਰ ਤੋਂ ਬਚਾਉਣ ਲਈ ਜਿਸ ਗੁਰੂ ਨੇ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦੇ ਜਾਮ ਪੀ ਲਏ, ਬੰਦ ਬੰਦ ਕਟਾ ਲਿਆ, ਖੋਪਰੀਆਂ ਲਵਾਈਆਂ, ਜੇ ਅੱਜ ਫਿਰ ਸਾਨੂੰ ਉਹ ਅਜਗਰ ਫੇਰ ਖਾਈ ਜਾਂਦਾ ਤੇ ਸਾਡੇ ਸ਼ਹੀਦੀ ਦਿਹਾੜੇ ਮਨਾਏ, ਕਿਸ ਅਰਥ ਰਹਿ ਗਏ ਸਾਡੇ? ਕੀ ਕਿਸ ਅਰਥ ਰਹਿ ਗਏ ਸਾਡੇ? ਗੁਰਪੁਰਬਾਂ ਤੇ ਲਾਈਆਂ ਬਾਹਰੀ ਤੌਰ ਤੇ ਲੜੀਆਂ ਕੀਤੀ ਹੋਈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਫੁੱਲਾਂ ਦੀ ਵਰਖਾ, ਸਾਨੂੰ ਕੀ ਆਉਂਦੀ ਹੈ ਜੇ ਸਾਨੂੰ ਅਜਗਰ ਹੀ ਖਾ ਗਿਆ? ਹੁਣ ਕਈਆਂ ਕਹਿਣਾ ਜੀ ਅਜਗਰ ਕਿੱਦਾਂ ਖਾ ਗਿਆ, ਅਜਗਰ ਏਦਾਂ ਖਾ ਗਿਆ।
ਤੁਹਾਡੇ ਘਰ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੇ ਚੜ੍ਹਾਈ ਕਰਨ ਤੱਕ ਅਜਗਰ ਬੈਠਾ ਹੋਇਆ। ਸਾਡੇ ਘਰ ਬੱਚਾ ਜਨਮ ਲੈਂਦਾ ਹੈ, ਅਜਗਰ ਪ੍ਰਵੇਸ਼ ਕਰ ਜਾਂਦਾ ਹੈ, ਨਾਲ ਹੀ ਵਹਿਮ ਪਾਉਂਦਾ ਤੁਹਾਡੇ ਘਰ ਸੂਤਕ ਆ ਗਿਆ, ਤੁਹਾਡੇ ਘਰ ਪਾਤਕ ਆ ਗਿਆ। ਵਾਹਿਗੁਰੂ ਤੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਇਆ। ਤੋ ਪਾਤਸ਼ਾਹ ਜੀ ਨੇ ਜਿਸ ਅਜਗਰ ਚੋਂ ਬਚਾਉਣ ਵਾਸਤੇ ਸਾਨੂੰ ਇੰਨਾ ਲੰਬਾ ਟਾਈਮ ਲਾਇਆ, ਅੱਜ ਉਸੇ ਅਜਗਰ ਨੇ ਫਿਰ ਸਾਨੂੰ ਘੇਰਾ ਪਾਇਆ ਹੋਇਆ। ਉਹ ਅਜਗਰ ਰੂਪ ਬਦਲ ਗਿਆ, ਸਾਹ ਸੰਗਤ ਉਹਨੇ ਅਜਗਰ ਨੇ ਰੂਪ ਬਦਲ ਲਿਆ। ਬੋਧੀ ਧੋਤੀ ਦੀ ਜਗ੍ਹਾ ਕਸ਼ਹਿਰਾ ਆ ਗਿਆ ਸਿਰ ਦੇ ਉੱਤੇ, ਬੋਧੀ ਦੀ ਜਗ੍ਹਾ ਉਹਦੇ ਸਿਰ ਤੇ, ਹੋ ਸਕਦਾ ਮੇਰੇ ਵਰਗੀ ਪੱਗ ਵੀ ਹੋਵੇ, ਹੋ ਸਕਦਾ ਗੋਲ ਪਰਨਾ ਵੀ ਹੋਵੇ, ਹੋ ਸਕਦਾ ਉਹਦੇ ਤੇਲ ਪਜਾਮਾ ਹੋਵੇ, ਹੋ ਸਕਦਾ ਉਹਨੇ ਕੱਲਾ ਕਸ਼ਹਿਰਾ ਹੀ ਪਾਇਆ ਹੋਵੇ ਤੇ ਲੰਬਾ ਚੋੜਾ, ਇਹ ਤਾਂ ਪਛਾਣਨਾ ਪੈਣਾ ਤੁਹਾਨੂੰ ਨਾ। ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਇੱਕੋ ਰੂਪ, ਉਹਦੇ ਕਈ ਰੂਪ ਹੋ ਸਕਦੇ ਨੇ। ਭੌਰੇ ਅਤੇ ਭੂੰਡ ਦੀ ਇੱਕੋ ਜੈਸੀ ਗੂੰਜ, ਕੰਮੀ ਪਿਆ ਪਛਾਣੀਏ ਉਹ ਭੌਰਾ ਉਹ ਭੂੰਡ। ਭੌਰੇ ਅਤੇ ਭੂੰਡ ਦੀ ਇੱਕੋ ਜੈਸੀ ਗੂੰਜ ਹੈ, ਰੰਗ ਵੀ ਇੱਕੋ ਜਿਹਾ, ਪਰ ਤੁਹਾਨੂੰ ਕੰਮਾਂ ਤੋਂ ਪਛਾਣਨਾ ਪੈਣਾ ਵੀ ਇਹਨਾਂ ਚ ਭੌਰਾ ਕਿਹੜਾ ਤੇ ਭੂੰਡ ਕਿਹੜਾ। ਭੌਰਾ ਫੁੱਲ ਦੀ ਸੁਗੰਧੀ ਤੇ ਬਹਿੰਦਾ ਤੇ ਭੂੰਡ ਰੂੜੀ ਦੇ ਢੇਰ ਤੇ ਵੀ, ਜ਼ਿੰਦਗੀ ਦੇ ਢੇਰ ਤੇ ਵੀ ਕਈ ਵਾਰ ਬਹਿ ਜਾਂਦਾ। ਇਹ ਤੁਹਾਨੂੰ ਪਛਾਣਨਾ ਪੈਣਾ, ਇਹ ਤੁਹਾਨੂੰ ਵੇਖਣਾ ਪੈਣਾ। ਅਗਲੇ ਰੂਪ ਵੇਖਦੇ ਆ ਤੁਹਾਡੇ ਸਿੱਖੀ ਬਾਣਿਆਂ ਵਾਲੇ ਵੀ ਤੁਹਾਨੂੰ ਪਖੰਡੀਆਂ ਦੇ ਪੈਰਾਂ ਚ ਬੈਠੇ ਨਜ਼ਰ ਆਉਣਗੇ। ਤੇ ਆਮ ਲੋਕ ਕਹਿਣਗੇ ਜੀ ਸਿੱਖ ਪਖੰਡੀਆਂ ਕੋਲ ਤੁਰਿਆ ਫਿਰਦਾ, ਕਿੱਥੇ ਬਾਬਾ ਫਤਿਹ ਸਿੰਘ ਤੇ ਕਿੱਥੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੇ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ। ਯੁਰਫ ਅਣਖ ਦਲੇਰੀ, ਜਾਨ ਕਿਹਨੂੰ ਨੀ ਪਿਆਰੀ? ਜਾਨ ਤਾਂ ਪੰਛੀਆਂ ਨੂੰ ਵੀ ਪਿਆਰੀ ਨਹੀਂ। ਤੁਸੀਂ ਕਿਸੇ ਪੰਛੀ ਨੂੰ ਸੋਟਾ ਲੈ ਕੇ ਮਾਰਨ ਦੀ ਕੋਸ਼ਿਸ਼ ਕਰੋ, ਉਹ ਵੀ ਉੱਡ ਜਾਂਦਾ ਹੈ, ਜਾਨ ਬਚਾਉਂਦਾ ਆਪਣੀ। 60-70 ਸਾਲ ਦਾ ਬੰਦਾ ਹਸਪੀਟਲ ਗਿਆ ਹੋਵੇ, ਡਾਕਟਰ ਪੁੱਛੇ ਹਾਂਜੀ ਬਜ਼ੁਰਗੋ ਕਿੱਦਾਂ, ਉਹ ਕਹਿੰਦਾ ਜੀ ਪੁੱਤਰੇ ਦਾ ਵਿਆਹ ਵੇਖਣਾ ਚਾਹੁੰਦਾ। ਇੱਕ ਘੁਰਿਆ ਗਿਆ ਪੁੱਤਰਾ ਵਿਆਹ, ਬੱਚੇ ਸਾਰੇ ਵਿਆਹੇ ਗਏ, ਪੁੱਤਰੇ ਦਾ ਵਿਆਹ ਵੇਖਣਾ ਚਾਹੁੰਦਾ, ਕੋਈ ਦਿਨ ਕਿਤੇ ਜ਼ਿੰਦਗੀ ਹੋਰ ਮਿਲ ਜਾਏ। 80-90 ਸਾਲ ਦਾ ਵਿਅਕਤੀ ਵੀ ਇੱਕ ਆਸ ਲਾ ਕੇ ਜਾਂਦਾ ਵੀ ਮੈਂ ਕੁਝ ਹੋਰ ਸਾਲ ਜਿਉਣਾ ਚਾਹੁੰਦਾ। ਕਦੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਵੇਖਿਓ। ਇੱਕ ਬੇਨਤੀ ਕਰਾਂ, ਅਸੀਂ ਨਾ ਤੇਰੀ ਕੱਚ ਕਰੜੇ ਨਾ ਘੋਲਦੇ ਹਾਂ, ਸਾਡੇ ਤੇ ਸਟੇਜਾਂ ਤੇ ਅੱਜ ਭਾਵਨਾ ਜਿਹੜੀ ਸਾਡੀ ਸਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ, ਕਿਸੇ ਦਾ ਜਵਾਨ ਪੁੱਤ ਮਰ ਗਿਆ, ਕਿਸੇ ਦੀ ਮਾਵਾਂ ਨੂੰ ਇਮੋਸ਼ਨਲ ਕੀਤਾ ਜਾਂਦਾ ਹੈ, ਆਵਗਤ ਪੂਰਾ ਹੋਇਆ ਹੈ, ਇਹਦੀ ਉਮਰ ਨਹੀਂ ਸੀ ਪੂਰੀ ਹੋਈ, ਇਹਦੀ ਰੂਹ ਭੜਕਦੀ ਫਿਰਦੀ, ਏਦਾਂ ਦੇ ਸ਼ਬਦ ਸਾਡੇ ਧਾਰਮਿਕ ਸਟੇਜਾਂ ਤੇ ਬੋਲੇ ਜਾਂਦੇ ਨੇ। ਬਾਬਾ ਫਤਿਹ ਸਿੰਘ ਦੀ ਉਮਰ ਪੂਰੀ ਹੋ ਗਈ, ਉਹਨਾਂ ਨੇ ਉਮਰ ਭੁੱਲ ਲਈ ਸੀ। ਉਹ ਗੁਰੂ ਕੇ ਪਿਆਰੇ ਸਿੱਖੋ, ਹਰ ਘਟਨਾ ਨੂੰ ਨਾ ਸਮੁੱਚਤਾ ਚ ਲੈ ਕੇ ਵਿਚਾਰਨਾ ਵੀ ਤੁਹਾਡੀ ਕਈ ਗੱਲ ਦਾ ਅਸਰ ਕਿੱਥੇ ਕੀ ਹੈ। ਜਦੋਂ ਮਾਵਾਂ ਦੇ ਪੁੱਤ ਚਲ ਜਾਂਦੇ ਨੇ, ਮਾਵਾਂ ਝੱਲੀਆਂ ਹੋ ਜਾਂਦੀਆਂ ਨੇ, ਇਹ ਸ਼ਬਦ ਬੋਲੇ ਜਾਂਦੇ। ਜਿਸ ਦਿਨ ਸਿਰ ਤੋਂ ਪਤੀ ਦਾ ਸਾਇਆ ਉੱਠ ਜਾਏ ਤੇ ਪਤਨੀ ਦਾ ਕੀ ਬਣੇਗਾ। ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦੋਂ ਗੁਰੂ ਅਰਜਨ ਸਾਹਿਬ ਤੋਂ ਕਵੀ ਤੇ ਬਿੰਦੇ ਨੇ। 1595 ਈਸਵੀ ਦਾ ਜਨਮ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ। 11 ਸਾਲ ਦੀ ਇਹ ਸੀ ਜਦੋਂ ਗੁਰੂ ਅਰਜਨ ਸਾਹਿਬ ਤੱਪੀ ਤਵੀ ਤੇ ਬਿਠੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਸਾਡੇ 30-31 ਸਾਲ ਦੀ ਉਮਰ ਦਾ ਵੀ ਬੰਦਾ ਹੋਵੇ ਨਾ, ਜੇ ਬਾਪ ਚੜ੍ਹਾਈ ਕਰਦੇ ਤੇ ਲੋਕ ਕਹਿੰਦੇ ਅਜੇ ਵੇਖਿਆ ਕੀ, ਅਜੇ ਤੇ ਸਮਾਂ ਸੀ, ਹੁਣੇ ਤੇਰੇ ਸੁੱਖ ਵੇਖਣਾ ਸੀ, ਬਾਪ ਚਲਾ ਗਿਆ ਨਾ ਕਿਸੇ। ਤੇ ਬਾਬਾ ਫਤਿਹ ਸਿੰਘ, ਗੁਰੂ ਅਰਜਨ ਸਾਹਿਬ, ਸੱਚੇ ਪਾਤਸ਼ਾਹ, ਇਹ ਸਾਰੀਆਂ ਗੱਲਾਂ ਨੂੰ ਨਾਲ ਵਿਚਾਰ ਕੇ ਵੇਖੋ ਨਾ, ਪਾਤਸ਼ਾਹ ਸਾਨੂੰ ਕਿੱਦਾਂ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦੇ ਨੇ। ਸਾਡੇ ਤੇ ਮਾੜੀ ਜਿਹੀ ਘਟਨਾ ਵਾਪਰ ਜਾਏ ਤੇ ਅਸੀਂ ਕਈ ਵਾਰੀ ਅੰਦਰੋਂ ਉਲਾਹਮੇ ਦੇਣ ਲੱਗ ਪਏ। ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਪਤਾ ਕਿ ਪੁਰਾਣੀਆਂ ਮਾਵਾਂ ਕੋਲ ਗੁਰਬਾਣੀ ਸੀ,
ਤੁਹਾਡੇ ਵਿੱਚੋਂ ਜੇ ਕੋਈ ਪਾਕਿਸਤਾਨ ਗਿਆ ਹੋਵੇ, ਮੀਰ ਮਨੂ ਦੀ ਉਹ ਜੇਲ੍ਹ ਹੈ ਲਾਹੌਰ ਦੇ ਵਿੱਚ, ਜਿੱਥੇ ਸਵਾ ਸਵਾ ਮਨ ਦਾ ਪੀਸਣਾ ਉਹਨਾਂ ਮਾਵਾਂ ਕੋਲੋਂ ਪਸਾਇਆ ਜਾਂਦਾ, ਕਸ਼ਟ ਦਿੱਤੇ ਜਾਂਦੇ, ਪਰ ਉਹਨਾਂ ਮਾਵਾਂ ਨੇ ਆਪਣੇ ਗੁਰੂ ਨੂੰ ਪਿੱਠ ਨਹੀਂ ਵਿਖਾਈ। ਅੱਜ ਸਾਡੇ ਘਰਾਂ ਚੋਂ ਬਾਣੀ ਨਿਕਲ ਗਈ, ਪਹਿਲੀ ਗੱਲ ਤੇ ਸਾਡੇ ਸਵੇਰ ਦੇ ਉੱਠਣ ਦਾ ਨਿਯਮ, ਮੈਂ ਹਰ ਸਟੇਜ ਤੇ ਬੇਨਤੀ ਕਰਦਾ, ਸਾਡਾ ਸਿਸਟਮ ਮਿਲ ਗਿਆ, ਰਾਤ ਲੇਟ ਸੋਣਾ ਤੇ ਸਵੇਰੇ ਲੇਟ ਉੱਠਣਾ, ਕੁਝ ਗੱਲਾਂ ਸਾਡੇ ਘਰਾਂ ਚੋਂ ਅਲੋਪ ਹੋ ਗਈਆਂ। ਜਿਨ੍ਹਾਂ ਘਰਾਂ ਵਿੱਚ ਸਤਿਗੁਰ ਦੀ ਬਾਣੀ ਤੋਂ ਸਵੇਰੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਘਰ ਵਿੱਚ ਭਾਵੇਂ ਤੁਸੀਂ ਥੋੜ੍ਹਾ ਹੀ ਮਾਹੌਲ ਬਾਣੀ ਵਾਲਾ ਬਣਾਓ, ਘਰ ਚ ਸਤਿਗੁਰ ਦੀ ਬਾਣੀ ਦੀ ਵਿਚਾਰ ਕੀਤੀ ਜਾਏਗੀ, ਕੁਝ ਨਾ ਕੁਝ ਤੁਹਾਡੇ ਮਨਾਂ ਤੇ ਤੁਹਾਡੇ ਬੱਚਿਆਂ ਤੇ ਉਹਦਾ ਅਸਰ ਜ਼ਰੂਰ ਹੋਵੇਗਾ। ਪਰ ਜਿੱਥੇ ਕੋਈ ਬਾਣੀ ਦੀ ਵਿਚਾਰ ਹੀ ਨਹੀਂ ਹੋਣੀ, ਤੁਸੀਂ ਹੁਣ ਕਹੋ ਜੀ ਸਿੱਖੀ ਆਪਣੇ ਆਪ ਹੀ ਆ ਜਾਣੀ, ਪੈਰਾ ਸੂਤਰਾਂ ਹੀ ਤੇ ਸਿੱਖੀ ਉਤਰਨੀ ਆਉਣੀ, ਉਹਦੇ ਵਾਸਤੇ ਤੁਹਾਨੂੰ ਕੁਝ ਨਾ ਕੁਝ ਬੀਜਣਾ ਪੈਣਾ, ਕੁਝ ਨਾ ਕੁਝ ਕਰਨਾ ਪੈਣਾ। ਜੇ 7 ਸਾਲ ਦੇ 9 ਸਾਲ ਦੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਦੋਨੋਂ ਜਾਣੇ ਭਰੇ ਦਰਬਾਰ ਚ ਸਵਾਲਾਂ ਦੇ ਜਵਾਬ ਦੇ ਰਹੇ ਨੇ, ਕਿੰਨੀ ਕੁ ਤਿਆਰੀ ਕਰਾਈ ਹੋਏਗੀ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਤਰਫ਼, ਕਿੰਨੀਆਂ ਕੁ ਉਹਨਾਂ ਦੀ ਨੀਹਾਂ ਪੱਕੀਆਂ ਕੀਤੀਆਂ ਹੋਣਗੀਆਂ, ਕਿੰਨਾ ਕੁ ਉਹਨਾਂ ਨੂੰ ਵਕਤ ਦਿੱਤਾ ਹੋਏਗਾ, ਫਿਰ ਜਾ ਕੇ ਇੱਥੇ ਦੇਰ ਤੇ ਪਹੁੰਚੇ। ਫਿਰ ਕਿੱਡੀ ਕਮਾਲ ਦੀ ਗੱਲ ਹੈ, ਸਾਡੇ ਦੋ ਇਤਿਹਾਸਕ ਸਥਾਨ ਜਿਹੜੇ ਸਾਡੇ ਸਾਨੂੰ ਅਣਖ ਤੇ ਗੈਰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦੇ ਹੋ, ਅੱਜ ਕਿੰਨਿਆਂ ਦਾ ਧਿਆਨ ਹੈ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ। ਕਦੀ ਮਨ ਚ ਖਿਆਲ ਆਇਆ ਹੋਵੇ ਕਿ ਅਸੀਂ ਫਤਿਹਗੜ੍ਹ ਸਾਹਿਬ ਜਾਣਾ, ਅਸੀਂ ਚਮਕੌਰ ਸਾਹਿਬ ਜਾਣਾ, ਅਸੀਂ ਜਾ ਕੇ ਉੱਥੋਂ ਦੀ ਹਿਸਟਰੀ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਹੈ, ਮਾਰਿਓ ਧਿਆਨ ਕਦੀ। ਅੱਜ ਦੇਹ ਧਾਰੀਆਂ ਦੀਆਂ ਬਰਸੀਆਂ ਮਨਾਉਣ ਦੇ ਵਿੱਚੋਂ ਹੀ ਸਿੱਖਾਂ ਨੂੰ ਵਿਹਲ ਨਹੀਂ ਮਿਲ ਰਹੀ, ਦੇਹ ਧਾਰੀਆਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ, ਰੌਣਕਾਂ ਵਧਾਉਣ ਚ ਲੱਗਾ ਹੋਇਆ ਸਿੱਖ, ਕਿਉਂਕਿ ਇਹਦੇ ਪਿੱਛੇ ਬਹੁਤ ਵੱਡੀ ਚਾਲ। ਮੈਂ ਪਹਿਲਾਂ ਕਿਹਾ ਬਿੱਪਰ ਨੇ ਰੂਪ ਬਦਲ ਲਿਆ, ਉਹ ਸਾਡੀ ਐਨਰਜੀ ਆ, ਐਨਰਜੀ ਕਿਸੇ ਹੋਰ ਬੰਦੇ ਲਾ ਰਿਹਾ, ਉਹ ਕਹਿੰਦਾ ਇੱਧਰ ਲੱਗੇ ਰਹੋ। ਆ ਤਾਂ ਹੁਣ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ, ਆ 2-3 ਸਾਲ ਤੋਂ ਥੋੜਾ ਜਿਹਾ ਸਮਾਗਮ ਜ਼ਿਆਦਾ ਹੋਣੇ ਸ਼ੁਰੂ ਹੋਏ, ਨਹੀਂ ਤੇ ਕੋਈ ਨਾਂ ਨਹੀਂ ਸੀ ਲੈਂਦਾ। ਪਿੰਡਾਂ ਸ਼ਹਿਰਾਂ ਵਿੱਚ ਵੀ ਲੋਕ ਦੇਹ ਧਾਰੀ, ਵਿਦੇਸ਼ਾਂ ਵਿੱਚ ਵੀ ਮੈਂ ਵੇਖ ਆਇਆ, ਖਿਲਾਰੇ ਬਾਹਰ ਵੀ ਪਏ, 4-4, 5-5 ਪਿੰਡਾਂ ਦੇ ਬੰਦੇ ਰਲ ਕੇ ਆਪੋ ਆਪਣੇ ਇਲਾਕੇ ਦੇ ਬਾਬਿਆਂ ਦੀਆਂ ਬਰਸੀਆਂ ਮਨਾਈ ਜਾਂਦੇ ਆ, ਬਸ ਲੰਗਰ ਛਕੀ ਤੇ ਛਕਾਈ ਜਾਂਦੇ ਆ, ਕੌਣ ਭੁੱਲਦਾ ਉੱਥੇ। ਮੈਨੂੰ ਅੱਜ ਵੀ ਯਾਦ ਹੈ, ਮੈਂ ਕੈਲਗਰੀ ਸੀ 2011 ਦੀ ਗੱਲ ਹੈ, 4-5 ਪਰਿਵਾਰ ਰਲ ਕੇ ਮੇਰੇ ਕੋਲ, ਭਾਈ ਸਾਹਿਬ ਸੰਡੇ ਦਾ ਦੀਵਾਨ ਹੈ, ਅਸੀਂ ਮਹਾਂਪੁਰਖਾਂ ਦੀ ਬਰਸੀ ਮਨਾਉਣੀ ਹੈ। ਮੈਂ ਕਿਹਾ ਜੀ ਮੇਰਾ ਤੇ ਕੋਈ ਮਹਾਂਪੁਰਸ਼ ਹੈ? ਕਹਿੰਦੇ ਕਿਹੜਾ? ਮੈਂ ਕਿਹਾ ਇਹ ਬਾਣੀ ਮਹਾਂਪੁਰਸ਼ ਦੀ, ਉਹਦਾ ਦਿਨ ਮਨਾਉਣਾ ਤੇ ਮੇਰੇ ਕੋਲ ਭਾਵੇਂ ਜਿਹੜੀ ਮਰਜ਼ੀ ਕਥਾ ਕਰਾ ਦਿਓ, ਮੈਂ ਦੁਨੀਆ ਵੀ ਕਿਸੇ ਬਾਬੇ ਨੂੰ ਨਹੀਂ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਮੇਰਾ ਕੋਈ ਇਸ਼ਟ ਨਹੀਂ ਹੈ। ਜਦੋਂ ਉਹਨਾਂ ਬਾਬੇ ਦਾ ਨਾਂ ਲਿਆ, ਮੈਂ ਕਿਹਾ ਤੁਹਾਡਾ ਤੇ ਬਾਬਾ ਤੁਹਾਡੇ ਇਲਾਕੇ ਦਾ, ਜਿਹੜੇ ਆਪਣੇ ਸਾਂਝੇ ਬਾਬੇ ਆਪਾਂ ਉਹਦਾ ਦਿਨ ਮਨਾਈਏ। ਕਹਿੰਦੇ ਉਹ ਕਿਹੜੇ ਸਾਂਝੇ ਬਾਬੇ? ਮੈਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ, ਜਿਹੜੇ ਸਾਡੇ ਸਾਂਝੇ ਬਾਬੇ ਆ, ਉਹਨਾਂ ਦੇ ਦਿਨ ਕਿਉਂ ਨਹੀਂ ਮਨਾਉਂਦੇ ਤੁਸੀਂ? ਤੁਸੀਂ ਆਪਣੇ ਆਪਣੇ ਇਲਾਕਿਆਂ ਦੇ ਬਾਬਿਆਂ ਦੇ ਦਿਨ ਮਨਾਈ ਜਾਂਦੇ ਜੇ ਦੁਸ਼ਮਣ ਬੜਾ ਤੇਜ਼ ਸੀ, ਉਹਨੇ ਕਿਹਾ ਇਹਨਾਂ ਨੂੰ ਵੰਡ ਦਿਓ। ਕਦੀ ਸਾਡੇ ਘਰ ਚ ਬਾਬਾ ਗਾਇਆ ਜਾਂਦਾ ਸੀ, ਜਿਹੜਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਘਰ ਘਰ ਬਾਬਾ ਗਾ ਵੀ ਹੈ। ਕਦੀ ਸਾਡੇ ਘਰ ਚ ਬਾਬਾ ਗਾਇਆ ਜਾਂਦਾ ਸੀ, ਗੁਰੂ ਨਾਨਕ ਸਾਹਿਬ ਦੀ ਚਰਚਾ ਕੀਤੀ ਜਾਂਦੀ ਸੀ, ਕੋਈ ਸਵੇਰੇ ਉੱਠ ਕੇ ਆਉਂਦਾ ਸੀ ਧੰਨ ਗੁਰੂ ਨਾਨਕ ਮਹਾਰਾਜ ਤੇਰੀ ਰਹਿਮਤ। ਅੱਜ ਤਾਂ ਸਿੱਖਾਂ ਦੀਆਂ ਦੁਕਾਨਾਂ ਵਿੱਚ ਤੁਹਾਨੂੰ ਦੇਹ ਧਾਰੀ ਬਾਬਿਆਂ ਦੀਆਂ ਫੋਟੋਆਂ ਨਜ਼ਰ ਆਉਣਗੀਆਂ। ਆਹ ਅਸੀਂ ਭਾਲ ਗਏ ਉੱਥੇ ਵੇਖ ਕੇ ਆਏ ਹਾਂ, ਇੱਕ ਹੋਰ ਨਵਾਂ ਬਾਬਾ ਜਨਮ ਪਿਆ। ਉਹ ਵੈਸੇ ਦੁਨੀਆਂ ਤੇ ਨਹੀਂ ਰਿਹਾ, ਉਹਦੀ ਫੋਟੋ ਚ ਸ਼ਹਿਰ ਜਿਹਾ ਹੁੰਦਾ ਸੀ, ਪਿੱਛੇ ਤੁਸੀਂ ਵੇਖਿਆ ਹੋਣਾ, ਹਿੰਟ ਸਮਝੀ ਜਾਓ ਤੁਸੀਂ। ਉਹਦੀ ਫੋਟੋ ਚ ਕੋਈ ਰਸ ਜਿਹਾ ਟੰਗਦਾ ਸੀ, ਲੋਕੀ ਆਉਂਦੇ ਸੀ ਵੀ ਉਹ ਬਾਬਾ ਜੀ, ਬਾਬੇ ਦੀ ਕਿਰਪਾ ਹੀ, ਉਹ ਪਹਾੜ ਵਾਹਵਾ ਰੌਲਾ ਪਿਆ ਉੱਥੇ, ਤੇ ਸਾਡੇ ਸਿੱਖ ਉਹਨਾਂ ਦੇ ਉਹਦੀ ਫੋਟੋ ਰੱਖ ਕੇ ਨਾ ਕੁਰਸੀ ਦੇ ਉੱਤੇ, ਸਾਡੇ ਪੰਜਾਬੀ ਆਪਣੇ
ਉਹਦਾ ਭਜਨ ਲਾਉਂਦੇ ਆ ਲਾਗੇ, ਰੱਬ ਜਾਣੇ ਮਤਲਬ ਅੰਨੀ ਰਈਅਤ ਗਿਆਨ ਵੀ ਹੋਣੀ ਭਾ ਭਰੇ। ਮੁਰਦਾਰ ਜਦੋਂ ਪੱਤਾ ਦਰਖਤ ਨਾਲ ਟੋਟੀ ਗਿਆ ਫਿਰ ਝੱਖੜ ਨੇ ਪੈਰ ਥੋੜਾ ਲੱਗਣ ਦੇ ਤੁਰਿਆ ਜਿੱਧਰ ਤੈਨੂੰ ਲੈ ਜੂ ਝੱਖੜ ਹਨੇਰੀ। ਇਹਨੂੰ ਕਹਿੰਦੇ ਨੇ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰਿਵਹੀ, ਇੱਕ ਅਵ ਘੱਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਹਮੇਸ਼ਾ ਘਾਟੀ ਚੜ੍ਹਨ ਤੇ ਜ਼ੋਰ ਲੱਗਦਾ ਉਤਰਨ ਤੇ। ਹੁਣ ਜਦੋਂ ਤੁਸੀਂ ਤੁਹਾਡੇ ਜਦੋਂ ਟਰੱਕਾਂ ਵਾਲਾ ਵੀਰ ਬੈਠਾ ਹੋਵੇ, ਜਦੋਂ ਤੁਸੀਂ ਟਰੱਕ ਨੂੰ ਲੋਡ ਕੀਤਾ ਹੁੰਦਾ, ਜਦੋਂ ਤੁਸੀਂ ਕਿਸੇ ਪਹਾੜ ਤੇ ਜਾਣਾ ਨਾ, ਉਦੋਂ ਟਰੱਕ ਦਾ ਜ਼ੋਰ ਲੱਗਣਾ ਖਿਲਾਰ ਖਿਲਾਰ ਕੇ, ਹੌਲੀ ਹੌਲੀ ਤੁਹਾਨੂੰ ਜ਼ੋਰ ਲਾ ਲਾ ਕੇ ਟਰੱਕ ਨੇ ਹਿੱਲ ਤੇ ਪਹਾੜ ਤੇ ਚੜ੍ਹਨਾ। ਪਰ ਜਦੋਂ ਉਤਰਨਾ ਨਾ, ਉਦੋਂ ਤੇ ਤੁਹਾਨੂੰ ਜ਼ੋਰ ਬ੍ਰੇਕਾਂ ਵੱਲ ਧਿਆਨ, ਉਦੋਂ ਜ਼ੋਰ ਨੀ ਲੱਗਣਾ, ਉਦੋਂ ਬ੍ਰੇਕਾਂ ਵੱਲ ਧਿਆਨ ਦੇਣਾ ਪੈਣਾ ਵੀ ਇਹਨੂੰ ਇਹਦੀ ਪਕੜ ਹੈ ਭਲਾ, ਇਹ ਧੱਕੇ ਨਾਲ ਕਿਸੇ ਪਹਾੜ ਤੋਂ ਥੱਲੇ ਨਾ ਜਾ ਡਿੱਗੇ। ਛੱਤ ਤੇ ਪਾਣੀ ਚੜਾਉਣਾ ਹੋਵੇ ਨਾ ਤੇ ਜ਼ੋਰ ਲੱਗਦਾ, ਟੁੱਲੂ ਪੰਪ ਲੋਕਾਂ ਨੇ ਘਰਾਂ ਚ ਲਾਏ ਨੀ ਛੱਤ ਤੇ ਚੜਾਉਣ ਲਈ, ਪਰ ਛੱਤ ਤੋਂ ਥੱਲੇ ਪਾਣੀ ਸੁੱਟਣਾ ਹੋਵੇ ਨਾ ਕਿਸੇ ਪੰਪ ਦੀ ਲੋੜ ਨੀ ਪੈਂਦੀ। ਤੁਸੀਂ ਪਾਈਪ ਨੂੰ ਟੈਂਕੀ ਵਿੱਚ ਸੁੱਟ ਕੇ ਮੂੰਹ ਨਾਲ ਸੂਟਾ ਮਾਰ ਦੋ, ਅੱਧੇ ਘੰਟੇ ਟੈਂਕੀ ਪਾਣੀ ਦੀ ਖਾਲੀ ਹੋ ਜਾਂਦੀ। ਜਾਣੀ ਕਿ ਥਾਂ ਨੂੰ ਚੀਜ਼ ਖਾਣੀ ਸੌਖੀ ਹੈ, ਤਾਂ ਨੂੰ ਚੀਜ਼ ਚੜਾਉਣੀ ਔਖੀ ਹੈ। ਏਦਾਂ ਹੀ ਪਖੰਡ ਵਾਲ ਨੂੰ ਜਾਣਾ ਸੌਖਾ ਵਾ, ਸੱਚਾਈ ਦੇ ਰਸਤੇ ਤੁਰਨੇ ਥੋੜਾ ਜਿਹਾ। ਬੋਲੋ ਜੀ, ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਵਹੀਰ, ਵਹੀਰਾਂ ਦੀਆਂ ਵੀਰਾਂ ਭੀੜਾਂ ਦੀਆਂ। ਅੱਛਾ ਫਿਰ ਸਾਡੇ ਲੋਕ ਪਤਾ ਕਹਿਣਗੇ ਕੁਝ ਨਾ ਕੋਈ ਤੇ ਉੱਥੇ ਹੋਣਾ ਨਾ, ਜੇ ਉੱਥੇ ਇੰਨੀ ਦੁਨੀਆਂ ਜਾਂਦੀ ਕੋਈ ਨਾ ਕੋਈ ਸ਼ਕਤੀ ਤੇ ਹੋਣੀ। ਲੋਕ ਤੇ ਸੱਪ ਨੂੰ ਮੰਨੀ ਜਾਂਦੇ, ਹੁਣ ਸੱਪ ਚ ਕੀ ਹੈਗਾ ਭਲਾ। ਲੋਕ ਤੇ ਸੱਪ ਦੀ ਖੁੱਡ ਅੱਗੇ ਦੁੱਧ ਲੈ ਕੇ ਬੈਠੇ ਹੁੰਦੇ, ਕਹਿਣਗੇ ਜਿਵੇਂ ਗੁੱਗੇ ਦੀ ਪੂਜਾ ਕਰਨਾ। ਜੇ ਕਿਤੇ ਸੱਪ ਬਾਹਰ ਆ ਗਏ ਨੇ ਫੇਰ ਭੱਜ ਪੈਂਦੇ ਆ ਸਾਡੇ ਕੋਲ ਉੱਥੇ ਡੱਬਾ ਆਪਣਾ, ਵੀ ਹੁਣ ਗੁੱਗਾ ਜੇ ਪ੍ਰਗਟ ਹੋਇਆ ਤੁਹਾਨੂੰ ਦੁੱਧ ਵੀ ਪਿਆ ਦੋ। ਅੱਜ ਤਾਂ ਸਾਇੰਸ ਵੀ ਸਿੱਧ ਕਰ ਚੁੱਕੀ ਦੁੱਧ ਸੱਪ ਤੇ ਦੁੱਧ ਪੀਂਦਾ ਨਹੀਂ, ਪਰ ਰੱਬ ਜਾਣੇ ਇਹਨਾਂ ਦਾ ਸੱਪ ਕਿਹੜਾ ਜਿਹੜਾ ਦੁੱਧ ਪੀ ਜਾਂਦਾ। ਬੜਾ ਕੋਈ ਚੱਲ ਪਿਆ ਹੁਣ ਤਾਂ ਗੱਲ ਤੇ ਪਖੰਡ ਦਾ ਕੋਈ ਇੱਕ ਬੋਲ ਬੜਾ ਥੋੜਾ। ਇਸੇ ਕਰਕੇ ਅੱਜ ਬਹੁਤਿਆਂ ਲੋਕਾਂ ਨੇ ਰਾਗੀ ਝਾੜੀ ਪ੍ਰਚਾਰਕ ਡਰਾ ਲਏ ਆ ਵੀ ਇਹ ਜੇ ਸੱਚ ਦੀ ਗੱਲ ਕਰਨ ਇਹਨਾਂ ਨੂੰ ਧਮਕੀਆਂ ਮਿਲਦੀਆਂ। ਇਸ ਕਰਕੇ ਤੁਸੀਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰੋ, ਲੋਕਾਂ ਨੂੰ ਸੁਣਾਓ। ਅੱਜ ਗੁਰਦੁਆਰਿਆਂ ਵਿੱਚ ਲਾਈਟਾਂ ਬੰਦ ਕੀਤੀਆਂ ਜਾ ਰਹੀਆਂ ਨੇ, ਕੋਈ ਕਿਤੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਦੇ ਨਾਲ ਰੱਬ ਨੂੰ ਯਾਦ ਕੀਤਾ ਜਾ ਰਿਹਾ। ਜਿੱਥੇ ਸੁਰਤ ਖੋਲਣੀ ਸੀ ਸਿੱਖ ਨੇ, ਜਿੱਥੇ ਸਿੱਖ ਨੂੰ ਜਗਾਉਣਾ ਸੀ ਉੱਥੇ ਸਵਾਉਣ ਦੀ ਪ੍ਰੈਕਟਿਸ ਕੀਤੀ ਜਾ ਰਹੀ। ਤੁਹਾਡੇ ਚੋਂ ਬਾਣੀ ਪੜ੍ਹਨ ਵਾਲੇ ਕਈ ਗੁਰਮੁਖ ਪਿਆਰੇ ਬੈਠੇ ਹੋਣੇ ਆ, ਮੈਨੂੰ ਜਾਣ ਲੱਗਿਆ ਤੁਕ ਜ਼ਰੂਰ ਦੱਸੇ, ਹੋ ਸਕਦਾ ਮੈਂ ਸਹਿਜ ਪਾਠ ਕੀਤਾ ਨਾ ਪੜ੍ਹੀ ਹੋਵੇ। ਅੱਖਾਂ ਬੰਦ ਕਰਨ ਵਾਲੇ ਨੂੰ ਬਾਣੀ ਚ ਪਖੰਡੀ ਤੇ ਆਖਿਆ, ਅੱਖਾਂ ਬੰਦ ਕਰਨ ਵਾਲੇ ਜਿੱਥੇ ਕਿਤੇ ਧਰਮੀ ਆਖਿਆ ਹੋਵੇ, ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੁਕ ਅੰਕ ਜ਼ਰੂਰ ਦੱਸਿਓ, ਹੋ ਸਕਦਾ ਮੈਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਤੁਕ ਕਦੀ ਪੜ੍ਹੀ ਨਾ ਹੋ। ਜਿੱਥੇ ਪਖੰਡੀ ਆਖਿਆ ਉਹ ਸੁਣਾ ਦਿੰਦਾ, ਜਿੱਥੇ ਧਰਮੀ ਆਖਿਆ ਉਹ ਤੁਕਾਂ ਤੁਸੀਂ ਸੁਣਾ ਦਿਓ ਮੈਨੂੰ, ਕਿਉਂਕਿ ਮੈਨੂੰ ਲੱਭੀਆਂ ਨਹੀਂ। ਜਿੱਥੇ ਪਖੰਡੀ ਆਖਿਆ ਉਹ ਤੁਕਾਂ ਸੁਣ ਲਓ। ਆਂਟ ਛੇਤੀ ਨਾਕ ਪਕੜੈ ਸੂਝ ਤੇ ਤੇਰੇ ਲੋ, ਮਗਰ ਪਾਸੇ ਕਸ਼ ਨਾ ਸੂਝੇ ਇਹ ਪਦ ਮਾਲੋ। ਅੱਖੀ ਤਾਂ ਮੀਟੈ ਕਾਹਦੇ ਲਈ, ਨਾਕ ਪਕੜੈ ਮਹਾਰਾਜ ਕਾਹਦੇ ਲਈ, ਕਦੇ ਠੱਗਣ ਕਹੋ। ਹੁਣ ਕੋਈ ਬੰਦਾ ਅੱਖਾਂ ਬੰਦ ਕਰੇ ਤੇ ਗੁਰੂ ਨਾਨਕ ਸਾਹਿਬ ਕਹਿਣ ਤੂੰ ਤੇ ਦੁਨੀਆਂ ਨੂੰ ਠੱਗਣ ਲਈ ਅੱਖਾਂ ਬੰਦ ਕਰਦਾ, ਤੇ ਜੇ ਗੱਲ ਪ੍ਰਚਾਰ ਕਹਿਦੇ ਲੋਕਾਂ ਡਾਂਗਾਂ ਕੱਢ ਲੈਣੀ। ਇਹ ਗੱਲ ਤੇ ਗੁਰੂ ਨਾਨਕ ਸਾਹਿਬ ਨੇ ਕਹੀ। ਅੱਖੀ ਤਾਂ ਮੀਟੈ, ਸਾਰੇ ਬੋਲੋ ਅੱਖੀ ਤਾਂ ਮੀਟੈ। ਤੁਸੀਂ ਕਿਸੇ ਕੋਲ ਪੈਸੇ ਲੈਣੇ ਹੋਣ ਤੇ ਤੁਹਾਨੂੰ ਸ਼ੱਕ ਪੈ ਜਾਵੇ ਵੀ ਆਹ 500 ਦਾ ਨੋਟ ਨਕਲੀ ਆ, ਸਾਹ ਸੰਗ ਕੀ ਕਰਦੇ ਭਲਾ 500 ਦੇ ਨੋਟ ਨੂੰ? ਬਲਬ ਵੱਲ ਕਰਕੇ ਨਾ ਟਿਊਬ ਵੱਲ ਏਦਾਂ ਵਹਿੰਦੇ ਆ ਵੀ ਵਿੱਚ ਉਹ ਚਾਂਦੀ ਦੀ ਉਹਦੀ ਤਾਰ ਜੀ ਉਹ ਸਹੀ ਆ, ਗਾਂਧੀ ਸਹੀ ਦਿਸਦਾ, ਗਵਰਨਰ ਦੇ ਸੈਨ ਸਹੀ ਆ, ਤੇ ਜੇ ਫੇਰ ਵੀ ਤਸੱਲੀ ਜੀ ਨਾ ਹੋਵੇ ਤਾਂ ਨੋਟ ਵਾਪਸ ਕਰ ਦਿੰਦੇ ਆ। ਉਹ ਕਹਿੰਦੇ ਵੀ ਕੱਲ ਨੂੰ ਦੇ ਦੀ 500 ਦਾ ਨੋਟ ਤੇਰਾ ਨਕਲੀ ਆ। ਤੁਸੀਂ ਕਿਸੇ ਕੋਲ ਪੈਸੇ ਲੈਣੇ ਅੱਖਾਂ ਖੋਲ ਕੇ ਗਿਣਦੇ ਹੋ
ਕੋਈ ਵੀ ਕੰਮ ਕਰਨਾ ਤੁਸੀਂ ਸੌਦਾ ਤੋਲਦੇ ਔਖਾ ਖੋਲ ਕੇ ਤੋਲਦੇ ਹੋ ਕਿ ਵੱਧ ਨਾ ਮਾਰ ਸਕਦਾ ਜੇ ਦੁਕਾਨਦਾਰ ਤੁਹਾਡੇ ਦੇ ਕਈ ਬੈਠੇ ਹੋਣੇ ਆ। ਤੁਸੀਂ ਕੱਪੜੇ ਨੂੰ ਕੱਟਣਾ, ਤੁਹਾਡੇ ਕੋਲ 4 ਮੀਟਰ ਲੈਣ ਆਇਆ ਮਹਿੰਗਾ ਕੱਪੜਾ ਹੈਗਾ 500 ਰੁਪਏ ਮੀਟਰ ਆ, ਤੁਸੀਂ ਐਨ ਧਿਆਨ ਨਾਲ ਅੱਖ ਖੋਲ ਕੇ ਕੱਟਣਾ ਵੀ ਮਾੜਾ ਜਿਹਾ ਵੱਧ ਨਾ ਚੱਲ ਜੇ ਮਹਿੰਗਾ। ਸੁਨਿਆਰਾ ਵੀ ਸੋਨੇ ਦਾ ਕੰਮ ਕਰਦਾ, ਪੂਰਾ ਕਠਾੜੀ ਚ ਪੈ ਸੋਨੇ ਵੱਲ ਪੂਰਾ ਧਿਆਨ ਦਿੰਦਾ ਤੋਲਦਾ, ਜਦੋਂ ਵੀ ਮਾਸਾ ਵੀ ਜੇ ਸੂਤ ਮਾੜਾ ਜਿਹਾ ਵੀ ਕਣਕਾ ਵੀ ਕਿਤੇ ਵੱਧ ਚਲ ਗਿਆ ਤੇ ਉਹਦੀ ਵੀ ਵੈਲਿਊ ਆ, ਕੀਮਤ ਵਾ। ਜੇ ਬਾਕੀ ਕੰਮਾਂ ਲਈ ਅੱਖਾਂ ਖੋਲੀਆਂ ਜਾਂਦੀਆਂ ਤੇ ਰੱਬ ਨੂੰ ਯਾਦ ਕਰਨ ਵਾਸਤੇ ਅੱਖਾਂ ਬੰਦ ਕਰਨ ਲਈ ਕਿਹਨੇ ਕਿਹਾ ਜੀ? ਇੱਥੇ ਸਤਿਗੁਰ ਨੇ ਆਖਿਆ ਗਿਆਨੀ ਹੋਏ ਸੁਚੇਤਨ ਹੋਏ, ਅਗਿਆਨੀ ਅੰਧ ਕਮਾਏ। ਮਨੁੱਖ ਨੇ ਆਪਣੇ ਅੰਦਰ ਵੱਲ ਧਿਆਨ ਦਿਓ। ਅੱਜ ਤਾਂ ਯੋਗ ਮਤ ਦੀਆਂ ਵਿਧੀਆਂ ਸਿੱਖ ਗੁਰਦੁਆਰਿਆਂ ਚ ਲੈ ਰਿਹਾ। ਮੈਂ ਕਦੀ ਕਦੀ ਸੋਚਦਾ ਜੇ ਗੁਰੂ ਸਾਹਿਬ ਸੱਚੀ ਅੱਜ ਆ ਜਾਣ, ਉਹਨੇ ਕਹਿਣਾ ਮੈਂ ਜਿਹੜੇ ਕੰਮਾਂ ਨੂੰ ਯੋਗੀਆਂ ਨੂੰ ਰੋਕਿਆ ਸੀ ਨਾ ਸਿੱਖਾਂ ਨੇ, ਉਹ ਸਾਰਾ ਕੰਮ ਗੁਰਦੁਆਰਿਆਂ ਸ਼ੁਰੂ ਕਰ ਦਿੱਤਾ। ਪਰ ਉਹ ਜੋਗੀ ਤੇ ਫਿਰ ਵੀ ਚੰਗੇ ਸੀ ਸਮਝ ਗਏ, ਅੱਜ ਆਪਾਂ ਤਾਂ ਸਮਝਣਾ ਵੀ ਨਹੀਂ ਹੈਗਾ ਕਿਉਂਕਿ ਆਪਣਾ ਤੇ ਏਡਾ ਪੁੱਠਾ ਗੇੜਾ ਆ ਗਿਆ। ਆਪਾਂ ਕਹਿਣਾ ਬਾਬਾ ਹੁਣ ਨੀ ਤੇਰੀ ਗੱਲ ਸੁਣਨੀ ਹੈ, ਸਾਡਾ ਹੁਣ ਕੰਮ ਵਧੀਆ ਚੱਲਿਆ ਵਾ, ਸਾਨੂੰ ਕਰਨ ਦੇ ਆਪਣੀ ਮਨ ਮਰਜ਼ੀ। ਇਸ ਕਰਕੇ ਮੇਰੀ ਸਾਸਨ ਦੀ ਹੱਥ ਜੋੜ ਕੇ ਬੇਨਤੀ ਆ, ਅਸੀਂ ਸਿਰ ਝੁਕਾਉਂਦੇ ਉਹਨਾਂ ਸਾਹਿਬਜ਼ਾਦਿਆਂ ਤੇ ਉਹਨਾਂ ਗੁਰੂ ਕੇ ਸਿੱਖਾਂ ਪਿਆਰਿਆਂ ਤੇ ਜਿਨ੍ਹਾਂ ਨੇ ਸਾਨੂੰ ਜਿਸ ਵਿਪਰਵਾਦ ਦੇ ਉਸ ਅਜਗਰ ਦੇ ਮੂੰਹ ਚੋਂ ਸਾਨੂੰ ਬਚਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਲੋਕ ਘਰ ਦੇ ਵਿੱਚ ਕਿਤੇ ਭਤੀਜੇ ਦਾ ਵਿਆਹ ਹੋਵੇ, ਭਣੇਵੇਂ ਦਾ ਵਿਆਹ ਹੋਵੇ ਤੇ ਮਾਮੇ ਪੈਸੇ ਵਾਰਦੇ ਆ ਉੱਤੋਂ ਦੀ, ਜੇ ਤੋਂ ਪਿਆਰ ਹੋਵੇ ਤਾਂ ਲੋਕੀ ਚੀਜ਼ਾਂ ਵਾਰਦੇ ਆ। ਕਿੰਨਾ ਕੁ ਪਿਆਰੇ ਹੋਵਾਂਗੇ ਆਪਾਂ, ਸਾਡੇ ਤੋਂ ਆਪਣੇ ਚਾਰ ਸਾਹਿਬਜ਼ਾਦੇ ਵਾਰ ਦਿੱਤੇ, ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ। ਸੁੱਤ ਚਾਰ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ, ਸਾਡੇ ਤੋਂ ਆਸ ਕੀ ਆ ਕਿ ਸਿੱਖੋ ਜਦੋਂ ਤੁਹਾਡੇ ਪੁੱਤਾਂ ਧੀਆਂ ਦੇ ਵਿਆਹ ਹੋਣ, ਤੁਹਾਡੇ ਬੱਚਿਆਂ ਦੇ ਆਨੰਦ ਕਾਰਜਾਂ ਚ ਮੈਂ ਆਪਣੇ ਸਾਹਿਬਜ਼ਾਦੇ ਦਾ ਆਨੰਦ ਕਾਰਜ ਵੇਖ ਸਕਾਂ। ਪਰ ਉਹ ਆਨੰਦ ਕਾਰਜ ਪਤਾ ਕਿਹੜੇ ਹੋਣਗੇ ਜਿੱਥੇ ਨਸ਼ਾ ਕੋਈ ਨਹੀਂ ਹੋਵੇ। ਮਾਰੋ ਧਿਆਨ ਦਿਓ, ਪ੍ਰਣ ਕਰੋ ਹਾਂ ਜਿਨ੍ਹਾਂ ਨੇ ਜੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਨੇ, ਨਾ ਕਿਸੇ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਕਿਸੇ ਨੂੰ ਨਸ਼ਾ। ਉੱਚੀ ਬੋਲੋ ਗੁਰੂ ਕੇ ਪਿਆਰੇ, ਮੈਂ ਅੱਜ ਦਿਨ ਦੇ ਦਿਵਾਨ ਚ ਕਿਹਾ ਸੀ ਵੀ ਆਹ ਮਹੀਨਾ ਨਾ ਦਸੰਬਰ ਦਾ, ਚਲੋ ਮਹੀਨਾ ਨਾ ਕਰੋ 15 ਦਸੰਬਰ ਤੋਂ ਕਰ ਲਓ, 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 16 ਦਿਨ ਜਿਹੜੇ ਰੋਜ਼ ਡ੍ਰਿੰਕ ਕਰਕੇ ਪੀ ਕੇ ਰਾਤ ਨੂੰ ਸੌਂਦੇ ਉਹੀ ਪ੍ਰਣ ਕਰ ਲਓ ਕਿ ਅਸੀਂ ਇਹ 16 ਦਿਨ ਆਪਣੇ ਜੀਵਨ ਦੇ ਵਿੱਚ ਨਸ਼ਾ ਕੋਈ ਨਹੀਂ ਕਰਨਾ। ਹੋ ਸਕਦਾ ਜਦੋਂ 17ਵੇਂ ਦਿਨ 1 ਜਨਵਰੀ ਨੂੰ ਪੀਣ ਲੱਗੋ ਤੁਹਾਡੇ ਅੰਦਰੋਂ ਆਵਾਜ਼ ਆਵੇ ਵੀ ਛੱਡ ਮਾਣਾ, ਜੇ 16 ਦਿਨ ਕੱਢ ਗਿਆ ਤੇ ਪੱਕੇ ਪੈ ਗਿਆ, ਹੁਣ ਪੱਕਾ ਹੀ ਜ਼ਹਿਰ ਗਿਆ ਲਾ ਦੇ। ਜਿਹੜੇ ਕੇਸਾਂ ਦੀ ਬੇਨਤੀ ਕਰਦੇ ਉਹ ਪ੍ਰਣ ਕਰ ਲਓ, ਕੋਈ ਕਮਿਟਮੈਂਟ ਤੇ ਕਰਨੀ ਪੈਣੀ ਹੈ, ਕੋਈ ਤੁਹਾਨੂੰ ਆਪਣੇ ਆਪ ਨਾਲ ਲੜਨਾ ਤੇ ਪੈਣਾ ਨਾ। ਜੇ ਦਿਨ ਮਨਾਈ ਗਏ ਉਹ ਨਸ਼ੇ ਦੇ, ਉੱਦਾਂ ਹੀ ਠੇਕਿਆਂ ਤੇ ਰੌਣਕਾਂ ਲੱਗੀਆਂ ਹੋਣ, ਉੱਦਾਂ ਹੀ ਸ਼ਾਮਾਂ ਨੂੰ ਲੋਕ ਫਿਰ ਨਸ਼ਿਆਂ ਦੇ ਜਾਮ ਜਾ ਕੇ ਖੜਕਾਉਣ, ਉਹੀ ਜ਼ਹਿਰ ਨੂੰ ਖਰੀਦਣ, ਫਿਰ ਤੇ ਕੋਈ ਸਾਹ ਸੁਣ ਜ਼ਿਆਦਾ ਫਾਇਦਾ ਨਹੀਂ ਹੈ। ਇਸ ਕਰਕੇ ਆਓ ਇਸ ਦਲਦਲ ਚੋਂ ਬਾਹਰ ਨਿਕਲੀਏ, ਉਹਨਾਂ ਮਹਾਨ ਯੋਧਿਆਂ ਦੇ ਜੀਵਨ ਤੋਂ ਕੁਝ ਪ੍ਰੇਰਨਾ ਲਈਏ ਕਿ ਉਹ ਅਣਖ ਗੈਰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਣ ਦੀ ਪ੍ਰੇਰਨਾ ਦਿੱਤੀ ਉਹਨਾਂ ਸਾਨੂੰ। ਪਾਤਸ਼ਾਹ ਨੇ ਸਾਡੇ ਬਦਲੇ ਆਪਣੇ ਸਾਹਿਬਜ਼ਾਦਿਆਂ ਦਾ ਅਸੀਂ ਸੰਸਕਾਰ ਵੀ ਨਹੀਂ ਕੀਤਾ। ਮੈਂ ਕਹਿੰਦਾ ਆਨੰਦ ਕਾਰਜ ਕਰਨੇ ਤੇ ਬਾਅਦ ਦੀਆਂ ਗੱਲਾਂ ਨੇ, ਸੰਸਕਾਰ ਕਰਨ ਦਾ ਵੀ ਮੌਕਾ ਨਹੀਂ ਬਣਿਆ ਪਾਤਸ਼ਾਹ ਨੂੰ ਆਪਣੇ ਸਾਹਿਬਜ਼ਾਦਿਆਂ ਦਾ। ਚਾਰੇ ਚਾਰੇ ਸਾਹਿਬਜ਼ਾਦਿਆਂ ਦਾ ਸੰਸਕਾਰ, ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਕੀਤਾ, ਉਹਦੇ ਕੋਲੋਂ ਵੀ ਪੂਰਾ ਨਹੀਂ ਹੋਇਆ, ਬਾਅਦ ਵਿੱਚ ਭਾਈ ਤ੍ਰਿਲੋਕਾ ਤੇ ਰਾਮੇ ਨੇ ਕੀਤਾ। ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੱਦਾਂ ਉਹ ਸਾਹਿਬਜ਼ਾਦੇ ਸ਼ਹਾਦਤ ਦਾ ਜਾਂ ਪੀਂਦੇ ਨੇ, ਕਿੱਦਾਂ ਉਹਨਾਂ ਦੀਆਂ ਦੇਹਾਂ ਨੂੰ ਇੱਕ ਥਾਂ ਤੇ ਇਕੱਠੀਆਂ ਕੀਤਾ ਜਾਂਦਾ, ਕਿਵੇਂ ਉਹਨਾਂ ਦਾ ਅੰਗੀਠਾ ਸੰਭਾਲਿਆ ਜਾਂਦਾ, ਕਿਵੇਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ,
ਸਾਰੀਆਂ ਗੱਲਾਂ ਆਪਣੀ ਜ਼ਿੰਦਗੀ ਵਿੱਚ ਕਦੀ ਸੋਚ ਕੇ ਵੇਖਿਓ ਕਾਹਦੇ ਬਦਲੇ ਸਾਡੇ ਬਦਲੇ। ਪਰ ਫਿਰ ਵੀ ਪਾਤਸ਼ਾਹ ਨਰਵਸ ਨਹੀਂ ਹੋਏ, ਢਹਿੰਦੀ ਕਲਾ ਚ ਨਹੀਂ ਗਏ। ਅਸੀਂ ਮਾੜੀਆਂ ਮਾੜੀਆਂ ਗੱਲਾਂ ਵਿੱਚ ਢਹਿੰਦੀ ਕਲਾ ਚਲ ਜਾਂਦੇ ਹਾਂ, ਕੋਈ ਕਾਰੋਬਾਰ ਨਾ ਚਲੇ ਮੈਂ ਮਰ ਲੱਗਾ। ਅੱਜ ਕੱਲ੍ਹ ਆਹ ਇੱਕ ਬਹੁਤ ਵੱਡਾ ਸਿਸਟਮ ਚੱਲ ਪਿਆ। ਵੇਖੋ ਸਾਧਨ ਸਾਡੇ ਕੋਲ ਆਏ ਆਸ ਆ। ਪਿੱਛੇ ਜੇ ਨਾ ਇੱਕ ਪਿੰਡ ਸਮਾਗਮ ਤੇ, ਕੱਲ੍ਹ ਦੀ ਗੱਲ ਹੀ ਆ, ਪਿੰਡ ਚਾਲਾ ਕਲਾਂ, ਉੱਥੇ ਜਦੋਂ ਸਮਾਗਮ ਤੇ ਗਏ ਤੇ ਜਿੱਦਣ ਗਏ ਉੱਦਣ ਹੀ ਉਹ ਇੱਕ ਨੌਜਵਾਨ ਨੇ ਸਪਰੇਅ ਪੀ ਲਈ ਤੇ ਉਹਦੀ ਡੈਥ ਹੋ ਗਈ। ਕਿਤੇ ਘਰ 'ਚ ਮਾੜਾ ਮੋੜਾ ਕਲੇਸ਼ ਹੋਇਆ ਹੋਣਾ, ਸਾਨੂੰ ਉਹਦੇ ਘਰ ਜਾਣ ਦਾ ਮੌਕਾ ਮਿਲਿਆ। ਅਤੇ ਮੈਂ ਮਨ 'ਚ ਸੋਚਿਆ ਵੀ ਹੁਣ ਮਰਨ ਵਾਲਾ ਤਾਂ ਮਰ ਗਿਆ, ਪਰ ਪਿੱਛੇ ਪਰਿਵਾਰ ਨੂੰ ਤੇ ਅੱਗ 'ਚ ਝੋਕ ਗਿਆ ਨਾ, ਮਾਂ ਰਹਿ ਗਈ ਪਿੱਛੇ, ਘਰ ਵਾਲੀ ਰਹਿ ਗਈ, ਔਲਾਦ ਉਹਦੀ ਹੈ ਕੋਈ ਨਹੀਂ ਸੀ, ਪਿੱਛੇ ਮਾਂ ਵਾ। ਇਹ ਕਦਮ ਪੁੱਟਣੇ ਬੜੇ ਸੌਖੇ ਆ, ਪਰ ਉਹ ਤੋਂ ਬਾਅਦ ਜਿਹੜੇ ਨਤੀਜੇ ਨਿਕਲਦੇ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਜ਼ਿੰਦਗੀ ਆ, ਪਰੇਸ਼ਾਨੀਆਂ ਹੋਣੀਆਂ ਨੇ ਜ਼ਿੰਦਗੀ, ਜੇ ਕੋਈ ਪਰੇਸ਼ਾਨੀਆਂ ਆਉਂਦੀਆਂ ਤੇ ਮੁੱਖਾਂ ਤੇ ਆਉਂਦੀਆਂ ਨੇ, ਦੁੱਖ ਸੁੱਖ ਨਾਲੇ ਜਿਨ੍ਹਾਂ ਦੇ ਇਤਿਹਾਸ ਨਾਲ, ਇਹਨਾਂ ਤੋਂ ਵੱਧ ਵੀ ਮੁਸ਼ਕਿਲਾਂ ਆਉਣਗੀਆਂ। ਇਹ ਤੋਂ ਵੱਧ ਕੋਈ ਮੁਸ਼ਕਿਲ ਆ ਸਕਦੀ? ਕਿਸੇ ਘਰ ਇੱਕ ਲਾਸ਼ ਆਈ ਹੋਵੇ ਤੇ ਬੰਦਾ ਭੁੱਬਾਂ ਮਾਰ ਮਾਰ ਕੇ ਰੋਂਦਾ? ਇੱਥੇ ਤੇ ਇੱਕ ਹਫ਼ਤੇ ਦੇ ਵਿੱਚ 6-7 ਪੋਹ ਨੂੰ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਬੈਠਾ ਹੋਵੇ ਤੇ 13 ਪੋਹ ਤੱਕ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਦਾ ਸੰਸਕਾਰ ਵੀ ਹੋ ਜਾਏ, ਵਿੱਚੇ ਮਾਤਾ ਗੁਜਰ, ਇੱਕ ਹਫ਼ਤੇ 'ਚ 5 ਜੀ ਘਰੋਂ ਚਲੇ ਜਾਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਰ ਵੀ ਚੜ੍ਹਦੀ ਕਲਾ ਵਾਲੇ ਜੀਵਨ ਨੂੰ ਜਿਉਣ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ। ਇਸ ਤੋਂ ਵੱਡੀ ਦੁਨੀਆਂ ਦੇ ਇਤਿਹਾਸ ਵਿੱਚ, ਕਿਸੇ ਪੂਰੀ ਦੁਨੀਆਂ ਦੀ ਹਿਸਟਰੀ ਵਿੱਚ ਏਦਾਂ ਦਾ ਚੜ੍ਹਦੀ ਕਲਾ ਵਾਲਾ ਇਤਿਹਾਸ ਤੁਹਾਨੂੰ ਕਿਤੇ ਨਹੀਂ ਮਿਲੇ। ਆਪਾਂ ਸਿੱਖ ਗੁਰੂ ਦੇ ਹੋ ਕੇ, ਗੁਰੂ ਦੇ ਪੁੱਤ ਹੋ ਕੇ, ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਵਹਿਮਾਂ ਭਰਮਾਂ ਪਖੰਡਾਂ ਆ, ਕੁੱਟਾਂ ਤੇ ਧਾਗੇ, ਲਾਲ ਪੀਲੇ ਚਿੱਟੇ, ਇਹ ਸਭ ਲਾ ਕੇ ਸੁੱਟ ਦਿਓ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਬਹੁਤ ਬੁਰਾ ਲੱਗਦਾ ਮੈਂ ਜਦੋਂ ਕਿਸੇ ਦਸਤਾਰਧਾਰੀ ਦੇ ਗੁੱਟ ਤੇ ਏਦਾਂ ਧਾਗਾ ਵੇਹਣਾ ਨਾ। ਸੱਚ ਹੈ, ਆਪਾਂ ਕਿਸੇ ਦੇ ਗੁੜ ਤੋਂ ਧਾਗਾ ਲਾ ਤਾਂ ਨਹੀਂ ਸਕਦੇ, ਪਰ ਮੈਂ ਕਹਿ ਤਾਂ ਸਕਦਾ ਨਾ, ਮੈਂ ਯਾਰ ਚੰਗਾ ਨਹੀਂ ਲੱਗਦਾ ਵੀ ਕਣੇ ਦੇ ਹੁੰਦਿਆਂ ਤੁਹਾਨੂੰ ਕੀ ਲੋੜ ਪੈ ਗਈ? ਮੁੰਦਰੀਆਂ ਨਗਾਂ ਵਾਲੀਆਂ, ਕਿਸੇ ਨੇ ਲਾਲ, ਕਿਸੇ ਨੇ ਪੀੜੀ, ਇਹ ਸ਼ੌਂਕ ਨਾ ਨੀ ਪਾਈਆਂ, ਇਹ ਅਜਗਰ ਦੇ ਆਖੇ ਲਾ ਕੇ ਪਾਈਆਂ। ਤੇ ਕਿਸੇ ਨੇ ਕਿਹਾ ਵਾ ਕਿ ਆਹ ਮੁੰਦਰੀ ਪਾਏਗਾ ਤੇਰਾ ਕਾਰੋਬਾਰ ਵੱਧ ਚੱਲੂ, ਆਹ ਮੁੰਦਰੀ ਪਾਏਗਾ ਤੇਰੀ ਮੌਤ ਨਹੀਂ ਹੋਊਗੀ, ਆਹ ਮੁੰਦਰੀ ਪਾਏਗਾ ਤੇਰਾ ਬਿਜ਼ਨਸ ਵਧੀਆ ਚੱਲੇ। ਏਦਾਂ ਦੇ ਵਹਿਮ ਲੋਕਾਂ ਦੇ ਮਨਾਂ ਵਿੱਚ ਪਾਏ ਹੋਏ। ਇਹ ਸਭ ਚੀਜ਼ਾਂ ਨੂੰ ਆਪਣੇ ਬਾਹਰੋਂ, ਘਰਾਂ ਚੋਂ ਬਾਹਰ ਕੱਢੋ। ਵਿਪਰਵਾਦ ਨੂੰ ਦੇਖੋ, ਭਾਈ ਗਿਆਨ ਕੀ ਆਈ ਆਂਦੀ, ਜਦੋਂ ਗਿਆਨ ਦੀ ਹਨੇਰੀ ਆਊਗੀ, ਸਵੇ ਉਡਾਨੀ ਭਰਮ ਕੀ ਟਾਟੀ, ਜਿਹੜੀ ਭਰਮ ਦੀ ਅੰਦਰ ਟਾਟ ਬਣੀ ਹੋਈ ਸੀ, ਛਣ ਬਣੀ ਸੀ, ਉੱਡ ਗਈ। ਰਹੇ ਨਾ ਮਾਇਆ ਬੰਦੀ, ਜਿਹੜੀ ਅੰਦਰ ਮਾਇਆ ਨੇ ਬੰਨ ਕੇ ਰੱਖੀ ਹੋਈ ਸੀ, ਉਹ ਟੁੱਟ ਗਈ। ਦੁਚਿੱਤੇ ਕਿਉਂ ਦੋ ਖੂਨ ਗਰਾਨੀ, ਦੁਚਿੱਤਾ ਕਹਿੰਦੇ ਡਬਲ ਮਾਈਂਡਡ ਹੋ ਜਾਣਾ, ਦੁਬਧਾ ਦਾ ਸ਼ਿਕਾਰ ਹੋ ਜਾਣਾ। ਸਭ ਤੋਂ ਖਤਰਨਾਕ ਬਿਮਾਰੀ ਹੈ ਦੁਬਧਾ ਦੇ ਵਿੱਚ ਰਹਿਣਾ। ਜਿਹੜੀ ਦੁਬਧਾ ਹੁੰਦੀ ਹੈ ਨਾ, ਬੰਦੇ ਦਾ ਬੜਾ ਵੱਡਾ, ਤੁਸੀਂ ਰੋਡ ਪਾਰ ਕਰ ਲੱਗੇ ਜੇ ਨਾ, ਕਈ ਵਾਰੀ ਬੰਦਾ ਰੋਡ ਭੱਜ ਭੱਜ ਕੇ ਪਾਰ ਕਰਦਾ ਤੇ ਕਈ ਵਾਰੀ ਅੱਧ ਚੋਂ ਫਿਰ ਮੁੜ ਆਉਂਦਾ, ਡਰਾਈਵਰ ਡਿਸੀਜਨ ਨਹੀਂ ਲੈ ਪਾਉਂਦਾ ਤੇ ਗੱਡੀ ਉੱਤੇ ਆਣ ਚੜ੍ਹਦੀ ਹੈ। ਤਾਂ ਸਿਆਣੇ ਆਉਂਦੇ ਜਦੋਂ ਰੋਡ ਪਾਰ ਕਰਨਾ ਤੇ ਹੌਲੀ ਹੌਲੀ ਕਰੋ, ਖਲੋ ਕੇ ਕਰੋ, ਤਾਂ ਕਿ ਡਰਾਈਵਰ ਡਿਸੀਜਨ ਲੈ ਸਕੇ। ਕਦੀ ਭੱਜੋ ਨਾ, ਕਦੀ ਕਾਲੇ ਨਾ ਪਾਓ। ਤੁਸੀਂ ਵੇਖਿਆ ਕੁੱਤਾ, ਜ਼ਿਆਦਾ ਕੁੱਤੇ ਕਿਉਂ ਰੋਡਾਂ ਤੇ ਮਰਦੇ ਆ? ਕਿਉਂਕਿ ਉਹ ਬਹੁਤ ਤੇਜ਼ ਭੱਜਦਾ ਤੇ ਅੱਗੇ ਜਾ ਕੇ ਫਿਰ ਮੁੜ ਆਉਂਦਾ, ਉਹਨੀ ਦੇਰ ਨੂੰ ਗੱਡੀ ਉੱਤੇ ਆਣ ਚੜ੍ਹਦੀ ਹੈ। ਸਾਡੀ ਜ਼ਿੰਦਗੀ ਜਿਹੜੀ ਦੁਬਧਾ ਨਾ, ਸਾਡੀ ਆਤਮਕ ਮੌਤ ਦਾ ਸਭ ਤੋਂ ਵੱਡਾ ਕਾਰਨ ਆ। ਮਨੁੱਖ ਡਿਸੀਜਨ ਨਹੀਂ ਲੈ ਪਾਉਂਦਾ, ਸਵੇਰੇ ਗੁਰਦੁਆਰੇ ਚੱਲਣਾ, ਸ਼ਾਮ ਨੂੰ ਕਿਸੇ ਭੇਖੀ ਦੇ ਕੋਲ ਜਾ ਕੇ ਬੈਠਾ ਹੋਣਾ ਵਾ। ਇਹੋ ਜਿਹੇ ਸਾਡੇ ਸਿੱਖ ਬਣ ਗਏ, ਸਵੇਰੇ ਅਖੰਡ ਪਾਠ, ਸ਼ਾਮ ਨੂੰ ਜਗਰਾਤਾ, ਗੁੱਸੇ ਕਿਸੇ ਨੂੰ ਨਹੀਂ ਕਰਨਾ, ਕੋਈ ਨਾ ਕੋਈ ਤਾਂ ਸਾਡੀ ਬਾਂਹ ਫੜੂਗਾ। ਪਰ ਭਾਈ ਗੁਰਦਾਸ ਜੀ ਕਹਿੰਦੇ ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਬੋਲੋ ਜੀ, ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਵੀ ਇੱਕ ਘਰ ਦੇ ਬਣ ਕੇ ਰਹੋ, ਤਾਂ ਕਿ ਅਗਲੇ ਨੂੰ ਪਤਾ ਹੋਵੇ ਕਿ ਆਟੇ 'ਚ ਪਾਣੀ ਪਾਉਣਾ ਪੈਣਾ, ਇਹਨੇ ਰੋਟੀ ਸਾਡੇ ਕੋਲੋਂ ਖਾਣੀ।
ਅਗਲੇ ਡਿਸੀਜਨ ਨਹੀਂ ਲਾਇਆ ਪਾਉਣ ਵੀ ਇਹਨੇ ਪ੍ਰਸ਼ਾਦਾ ਕਿੱਥੋਂ ਛਕਣਾ ਤੇ ਫਿਰ ਨੁਕਸਾਨ ਹੋਏਗਾ। ਗੁਰੂ ਦੇ ਦਰ ਤੇ ਬਣ ਕੇ ਰਹੋ, ਗੁਰੂ ਦੇ ਉੱਤੇ ਭਰੋਸਾ ਰੱਖੋ। ਤਰ ਜੀਅ ਰੇਕ ਟੇਕ ਤੂੰ ਲਾਭ ਡਾਨੀ, ਆਸ ਨਾਨਕ ਨਾਮ ਤੇ ਆਈਏ ਕਾਰ ਜਾਵੇ, ਰਾਸ ਉੱਚਤੇ ਕੀ ਕੋਈ ਖੂਨ ਗਰਾਨੀ, ਮੋਹ ਬਲੇਂਡਾ ਟੁੱਟਾ ਤਿਸ਼ਨਾ ਸ਼ਾਨ ਪ੍ਰੀਤ ਧਾਰੀ ਉੱਪਰ, ਤਿਸ਼ਨਾ ਦੀ ਸ਼ਾਨ ਜ਼ਮੀਨ ਤੇ ਅੱਡ ਗਈ, ਦੁਰਮਤ ਭਾਂਡਾ ਫੂਟਾ, ਦੁਰਮਤ ਦਾ ਭਾਂਡਾ ਫੁੱਟ ਗਿਆ, ਭਾਵ ਦੁਰਮਤ ਜੀਵਨ ਚੋਂ ਨਿਕਲ ਗਈ। ਆਂਧੀ ਪਾਚੇ ਹੁਣ ਜਦੋਂ ਬਹੁਤ ਝਖੜਾਵੇ ਨਾ, ਬਹੁਤ ਝਖੜਾਵੇ ਤੇ ਉਹ ਤੋਂ ਬਾਅਦ ਤੁਸੀਂ ਵੇਖਿਆ ਇੱਕ ਵਾਰੀ ਜਦੋਂ ਝਖੜਾਉਂਦਾ ਤੇ ਸਾਰੇ ਲੋਕ ਜਿਹੜੇ ਵਿਹੜਿਆਂ 'ਚ ਸੌਂਦੇ ਸੀ ਘਰਾਂ 'ਚ, ਉਹਨਾਂ ਕਹਿਣਾ ਦਬ ਦਬ ਮੰਜੇ ਅੰਦਰ ਕਰ ਲਓ, ਖਿੜਕੀਆਂ ਬੰਦ ਕਰ ਲਓ, ਦਰਵਾਜ਼ੇ ਬੰਦ ਕਰ ਲਓ, ਲਾਈਟਾਂ ਚੱਲ ਜਾਣੀਆਂ। ਜਦੋਂ ਹਨੇਰ ਤੋਂ ਬਾਅਦ ਮਾੜਾ ਮਾੜਾ ਮੀਂਹ ਪੈਣ ਲੱਗ ਪੈਣਾ ਤੇ ਲਾਈਟ ਆਉਣੀ ਟੋਈਨਾ, ਕਹਿਣਾ ਹੁਣ ਮੰਜੇ ਬਾਹਰ ਕੱਢ ਲਓ, ਹੁਣ ਮੌਸਮ ਵਧੀਆ ਬਣ ਗਿਆ, ਹੁਣ ਅੱਜ ਪੱਖੇ ਦੀ ਲੋੜ ਨਹੀਂ, ਰੱਬ ਨੇ ਪੱਖਾ ਆਪਣੇ ਲਾ ਲਿਆ। ਖੁੱਲਿਆ ਘਰਾਂ ਵਾਲਿਆਂ ਨੂੰ ਪਤਾ ਵੀ ਜਦੋਂ ਝੱਖੜ ਤੋਂ ਬਾਅਦ ਮਾੜੇ ਮਾੜਾ ਮੀਂਹ ਪੈਣਾ ਸ਼ੁਰੂ ਹੁੰਦਾ ਨਾ, ਫਿਰ ਬੜਾ ਸੁਹਾਵਣਾ ਜਿਹਾ ਮੌਸਮ ਬਣਦਾ। ਕਹਿੰਦੇ ਆਂਧੀ ਪਾਚੇ ਜੋ ਜਲ ਵਰਖਾ, ਜਦੋਂ ਗਿਆਨ ਦਾ ਝੱਖੜ ਆਇਆ ਫਿਰ ਪਰਮੇਸ਼ੁਰ ਦੀ ਕਿਰਪਾ ਦਾ ਅੰਦਰ ਮੀਂਹ ਪੈਣਾ ਨਾ, ਉਹਦੇ ਵਿੱਚ ਤੇਰਾ ਜਨ ਫਿਰ ਭਿੱਜੇਗਾ। ਆਂਧੀ ਪਾਚੇ ਜੋ ਜਲ ਵਰਖਾ ਤੇ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਾ ਬਚੀਨਾ। ਮਨ ਚ ਪ੍ਰਕਾਸ਼ ਹੋ ਗਿਆ ਜਦੋਂ ਆਪਣੇ ਅੰਦਰ ਗੁਰੂ ਗਿਆਨ ਦਾ ਸੂਰਜ ਚੜਿਆ ਮੈਂ ਵੇਖਿਆ। ਆਓ ਆਪਣੇ ਅੰਦਰ ਗੁਰੂ ਗਿਆਨ ਦਾ ਸੂਰਜ ਚੜਾਈਏ, ਗੁਰੂ ਦੀ ਬਾਣੀ ਖੁਦ ਪੜ੍ਹੀਏ, ਸਮਝੀਏ, ਵਿਚਾਰੀਏ। ਹਰ ਸਾਲ ਇਹਨਾਂ ਮਹਾਨ ਯੋਧਿਆਂ ਦੇ ਆਪਾਂ ਦਿਨ ਮਨਾਉਂਦੇ ਹਾਂ ਤੇ ਸਾਡੇ ਸਭ ਤੋਂ ਵੱਡੇ ਸ਼ਰਧਾ ਦੇ ਫੁੱਲੇ ਹੋਈ ਆ। ਇਹਨਾਂ ਦੀਆਂ ਪਿਆਰੀਆਂ ਸਿੱਖਿਆਵਾਂ, ਇਹਨਾਂ ਵਰਗੀ ਦ੍ਰਿੜਤਾ, ਇਹਨਾਂ ਵਰਗਾ ਭਰੋਸਾ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ। ਵਿਪਰਵਾਦ ਪਖੰਡਵਾਦ ਦੇ ਖਾਰੇ ਸਾਗਰ 'ਚੋਂ ਆਪ ਨਿਕਲੋ, ਆਪਣੇ ਟੱਬਰਾਂ ਨੂੰ ਕੱਢੋ। ਘਰਾਂ 'ਚ ਭਾਵੇਂ ਇੱਕ ਅੰਕ ਰੋਜ਼ ਸਹਿਜ ਪਾਠ ਕਰੋ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਗੁਰਬਾਣੀ ਆਪ ਪੜ੍ਹਨ ਦੀ ਆਦਤ ਪਾਓ। ਜਦੋਂ ਤੁਸੀਂ ਗੁਰਬਾਣੀ ਖੁਦ ਪੜ੍ਹੋਗੇ, ਗੁਰਬਾਣੀ ਦੇ ਵਿਚਾਰ ਆਪ ਕਰੋਗੇ, ਬੜਾ ਆਨੰਦ ਆਏਗਾ। ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਆਪ ਕਰ ਪਾਓਗੇ, ਤੁਹਾਨੂੰ ਸਮਝ ਆਊਗੀ। ਮੈਂ ਵਿਸ਼ਵਾਸ ਨਾਲ ਕਹਿੰਦਾ, ਜੇ ਤੁਸੀਂ ਅਰਥਾਂ ਸਹਿਜ ਸਹਿਜ ਪਾਠ ਕਰਨਾ ਸ਼ੁਰੂ ਕਰੋਗੇ, ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦੇ ਤੁਹਾਡੇ ਬਹੁਤ ਭਰਮ ਭੁਲੇਖੇ ਦੂਰ ਹੋ ਜਾਣੇ ਆ। ਤੁਹਾਨੂੰ ਇਹਦੇ ਵਿੱਚੋਂ ਸਭ ਕੁਝ ਪਤਾ ਲੱਗਣਾ ਵੀ ਸਤਿਗੁਰ ਨੇ ਕੁਝ ਹੀ ਸਮੁੰਦਰ ਬੰਦ ਕੀਤਾ। ਪੰਜ ਖੰਡ ਜਪਜੀ ਸਾਹਿਬ ਜਿਹੜੇ ਆ ਉਹ ਹਰ ਘੁੜੀ ਨੂੰ ਖੋਲਦੇ ਆ। ਉਹ ਪੰਜ ਖੰਡ, ਪੰਜ ਅਵਸਥਾਵਾਂ ਜਿਹੜੀਆਂ ਬੰਦੇ ਦੇ ਅੰਦਰ, ਜਿਹਦੇ ਵਿੱਚ ਧਰਮ ਖੰਡ ਹੈ, ਗਿਆਨ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ, ਸੱਚ ਖੰਡ ਹੈ, ਉਹ ਫਿਰ ਪਤਾ ਲੱਗ ਜੂ ਬੰਦੇ ਦਾ ਵੀ ਪੜਾਵ ਆ ਇੱਥੇ ਹੀ ਆ, ਇਹ ਕੋਈ ਵੱਖਰਾ ਨਹੀਂ ਹੈਗਾ ਤੇ ਮਨੁੱਖ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਸਕਦਾ। ਆਓ ਗੁਰੂ ਬਖਸ਼ਿਸ਼ ਕਰੇ ਆਪ ਸਮੂਹ ਸੰਗਤ ਦਾ ਧੰਨਵਾਦ, ਜਿਹੜੀ ਆਪਣੀ ਜੀਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਦਤਾਰ ਪਿਤਾ ਜੀ ਦੇ, ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਕੀਤੇ, ਆਉਣ ਵਾਲਾ ਦਿਨ, ਆਉਣ ਵਾਲੇ ਜਿਹੜੇ ਦਿਨ ਆ ਰਹੇ ਆ, ਅਸੀਂ ਉਹਨਾਂ ਨੂੰ ਯਾਦ ਕਰਨਾ। ਆਓ ਆਪਣੇ ਘਰਾਂ ਵਿੱਚ ਬਾਣੀ ਪੜ੍ਹੀਏ, ਬੜੇ ਬੱਚੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਾਈਏ। ਸਿੱਖ ਮਿਸ਼ਨ ਕਾਲਜ ਵੱਲੋਂ ਛੋਟੇ ਛੋਟੇ ਟਰੈਕਟ ਨੇ, ਉਹ ਕੋਸ਼ਿਸ਼ ਕਰੋ ਮੰਗਾ ਕੇ ਫ੍ਰੀ ਲਿਟਰੇਚਰ ਵਿੱਚ ਆਪਣੇ ਇਲਾਕੇ 'ਚ ਵੰਡੋ, ਆਪਣੇ ਬੱਚੇ ਬੱਚਿਆਂ ਨੂੰ ਦੱਸੋ, ਆਪਣੇ ਪੁੱਤਰਾਂ ਧੀਆਂ ਨੂੰ ਗਿਆਨ ਦਿਓ। ਕਮ ਸੇ ਕਮ ਸਾਡੇ ਗੁਰੂ ਨੂੰ ਸਾਡੇ ਤੋਂ ਇੰਨੀ ਕੁ ਉਮੀਦ ਤੇ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਗਿਆਨ ਦੇਈਏ, ਉਹਨਾਂ ਬਾਰੇ ਚਰਚਾ ਕਰੀਏ, ਤਾਂ ਕਿ ਸਾਡੇ ਬੱਚੇ ਬੱਚੀਆਂ ਉਹਨਾਂ ਸਾਹਿਬਜ਼ਾਦਿਆਂ ਵਰਗੀ ਦ੍ਰਿੜਤਾ ਤੇ ਭਰੋਸਾ ਰੱਖ ਸਕਣ, ਖੰਡੇ ਬਾਟੇ ਦੀ ਪੌੜ ਲੈ ਕੇ ਗੁਰੂ ਦੇ ਪੁੱਤ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਵਹਿਮਾਂ ਭਰਮਾਂ ਚੋਂ ਨਿਕਲ ਕੇ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਦੀ ਬਾਣੀ ਖੁਦ ਪੜ੍ਹੀਏ, ਸਮਝੀਏ ਤੇ ਵਿਚਾਰੀਏ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਗੁਰੂ ਦੀ ਵਿਚਾਰ ਜ਼ਿੰਦਗੀ 'ਚ ਲੈ ਕੇ ਆਈਏ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਤਿਕਾਰ ਯੋਗ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਜਿੰਨੇ ਵੀ ਤੁਸੀਂ ਸੇਵਾਦਾਰ, ਭੈਣ ਭਰਾ, ਲੰਗਰ ਬਣਾਉਣ ਵਾਲੇ, ਵਰਤਾਉਣ ਵਾਲੇ, ਸਾਉਣ ਵਾਲੇ ਵੀਰ, ਲਾਈਵ ਕਰਨ ਵਾਲੇ ਵੀਰ, ਜਿੰਨੇ ਵੀ ਤੁਸੀਂ, ਕਿਉਂਕਿ ਜਦੋਂ ਇੱਦਾਂ ਦੇ ਸਮਾਗਮ ਹੁੰਦੇ ਆ, ਹਰ ਇੱਕ ਵਿਅਕਤੀ ਦਾ
ਹਰ ਇੱਕ ਵਿਅਕਤੀ ਦਾ ਆਪਣਾ ਇੱਕ ਯੋਗਦਾਨ ਹੁੰਦਾ ਹੈ। ਤੋ ਗੁਰੂ ਬਖਸ਼ਿਸ਼ ਕਰੇ ਸਾਰਿਆਂ ਨੂੰ ਮਾਲਕ, ਚੜ੍ਹਦੀ ਕਲਾ ਦੇ ਰੂਪਤਾ ਬਖਸ਼ਿਸ਼ ਕਰੇ, ਫੁੱਲਾਂ ਚੁੱਲਾਂ ਦੀ ਖਿਮਾ, ਬੁਲੰਦ ਆਵਾਜ਼ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।